ਸਤਿ ਸ਼੍ਰੀ ਅਕਾਲ ਜੀ, ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ, ਅਤੇ ਅੱਜ ਅਸੀਂ ਪਹੁੰਚੇ ਹਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ, ਲੈ ਕੇ ਸਾਡਾ ਖਾਸ ਪ੍ਰੋਗਰਾਮ ਸ਼ਹਿਰ ਦੀ ਸਰਕਾਰ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਿਗਮ ਚੋਣਾਂ ਹੋ ਰਹੀਆਂ ਨੇ, ਹਰ ਇੱਕ ਪਾਰਟੀ ਆਪੋ ਆਪਣੇ ਦਾਅਵੇ ਲੈ ਕੇ, ਵਾਅਦੇ ਲੈ ਕੇ ਜਨਤਾ ਦੇ ਵਿੱਚ ਜਾ ਰਹੀ ਹੈ। ਪਟਿਆਲਾ ਦੇ ਕੀ ਮੁੱਦੇ ਨੇ, ਲੋਕ ਕੀ ਸੋਚਦੇ ਨੇ, ਉਹਨਾਂ ਦੇ ਨੁਮਾਇੰਦਿਆਂ ਨੇ ਕੀ ਕੀਤਾ, ਅਤੇ ਜਿਹੜੀ ਵੀ ਪਾਰਟੀ ਹੁਣ ਦਾਅਵਾ ਕਰ ਰਹੀ ਹੈ ਕਿ ਅਸੀਂ ਇਹ ਕਰਾਂਗੇ, ਉਹਨਾਂ ਦੇ ਦਾਅਵਿਆਂ 'ਤੇ ਲੋਕਾਂ ਦਾ ਕੀ ਕੁਝ ਕਹਿਣਾ, ਉਹੀ ਜਾਣਨ ਲਈ ਅਸੀਂ ਪਟਿਆਲਾ ਪਹੁੰਚੇ ਹਾਂ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ, ਪਹਿਲਾਂ ਉਹਨਾਂ ਨਾਲ ਤੁਹਾਡਾ ਤਾਰੁਫ ਕਰਾਉਂਦੇ ਹਾਂ। ਸਾਡੇ ਨਾਲ ਕਾਂਗਰਸ ਦੇ ਵੱਲੋਂ ਦੀ ਯੋਗਿੰਦਰ ਯੋਗੀ ਜੀ ਜੁੜੇ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਪਾਲ ਜੁਨੇਜਾ ਜੀ ਜੁੜੇ ਨੇ, ਅਤੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਜੁੜੇ ਨੇ। ਤੁਹਾਡੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ, ਅਤੇ ਸ਼ੁਰੂਆਤ ਕਰਦੇ ਹਾਂ ਯੋਗੀ ਜੀ ਤੁਹਾਡੇ ਤੋਂ। ਤੁਹਾਡੀ ਪਾਰਟੀ ਸੱਤਾ ਦੇ ਵਿੱਚ ਆਈ ਹੈ, 8 ਮਹੀਨੇ ਹੋ ਗਏ, ਕਿਹੜੇ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਜਨਤਾ ਵਿੱਚ ਜਾ ਰਹੇ ਹੋ ਅਤੇ ਲੋਕ ਤੁਹਾਨੂੰ ਵੋਟ ਕਰਨ? ਦੇਖੋ, ਇਸ ਤਰ੍ਹਾਂ ਪਿਛਲੇ ਤਕਰੀਬਨ 10 ਸਾਲ ਤੋਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ। ਸ਼ਹਿਰ ਦਾ ਜੋ ਵੀ ਮਤਲਬ ਮਾੜੀ ਹਾਲਤ ਹੋਈ ਪਈ ਹੈ ਅੰਦਰ ਦੀ, ਉਹ ਸਾਰਿਆਂ ਨੂੰ ਪਤਾ ਹੀ ਹੈ। ਹਰੇਕ ਬੰਦਾ ਜਿੰਨੇ ਬੁਰੇ ਹਾਲਾਤਾਂ ਵਿੱਚ ਫਸਿਆ, ਚਾਹੇ ਉਹ ਸੜਕਾਂ ਦਾ ਮੁੱਦਾ ਹੋਵੇ ਜੀ, ਚਾਹੇ ਉਹ ਸਫਾਈ ਦਾ, ਚਾਹੇ ਉਹ ਨਾਲਿਆਂ ਦਾ, ਕਿਸੇ ਵੀ ਚੀਜ਼ ਦਾ ਕਹਿ ਲਓ, ਤਾਂ ਸਾਡਾ ਸਭ ਤੋਂ ਪਹਿਲੇ ਪ੍ਰਮੁੱਖ ਮੁੱਦਾ ਇਹ ਹੈ ਕਿ ਲੋਕਾਂ ਨੂੰ ਜੀਣ ਯੋਗ ਪਟਿਆਲਾ ਦੇ ਸਕੀਏ ਜੀ, ਲੋਕਾਂ ਨੂੰ ਇੱਕ ਐਸਾ ਪਟਿਆਲਾ ਦੇ ਸਕੀਏ ਜਿਹਦੇ ਨਾਲ ਲੋਕ ਘਰੋਂ ਦੀ ਨਿਕਲਣ ਔਰ ਆਪਣਾ ਟਾਈਮ ਸਿਰ ਸਮੇਂ ਦੇ ਉੱਪਰ ਪਹੁੰਚ ਸਕਣ, ਸਫਾਈ ਦਾ ਪੂਰਾ ਪ੍ਰਬੰਧ ਹੋਵੇ ਜੀ, ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ, ਖੇਡਣ ਲਈ ਉਹਨਾਂ ਨੂੰ ਪਾਰਕ ਦੇ ਸਕੀਏ ਜੀ, ਜਿਹਦੀ ਕਿ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਘਾਟ ਹੈ। ਠੀਕ ਹੈ ਜੀ। ਦੂਜੀ ਗੱਲ ਹੈ ਕਿ ਪੀਣ ਯੋਗਾ ਪਾਣੀ ਹੈ, ਜਿਹੜਾ ਪਾਣੀ ਦੇ ਅੰਦਰ ਯੂਰੇਨੀਅਮ ਹੈ ਜਿਹੜਾ ਧਰਤੀ ਦੇ ਵਿੱਚੋਂ ਆ ਰਿਹਾ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਪਟਿਆਲੇ ਆਏ ਸੀਗੇ, ਆ ਕੇ ਉਹਨਾਂ ਨੇ 1000 ਕਰੋੜ ਰੁਪਇਆ ਪਟਿਆਲੇ ਵਾਸਤੇ ਅਨਾਊਂਸ ਕੀਤਾ ਹੈ। ਉਹਦੇ ਵਿੱਚ 700 ਕੁਛ ਕਰੋੜ ਰੁਪਇਆ ਜਿਹੜਾ ਉਹਨਾਂ ਨੇ ਰੱਖਿਆ ਹੈ ਉਹ ਸਿਰਫ ਪੀਣ ਵਾਲੇ ਪਾਣੀ ਵਾਸਤੇ ਹੈ, ਜਿਹੜਾ ਭਾਖੜਾ ਨਹਿਰ ਤੋਂ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਅਨਾਊਂਸ ਹੋਇਆ। ਉਹ ਲੱਗੇਗਾ ਪੈਸਾ? ਬਿਲਕੁਲ ਲੱਗੇਗਾ, ਸਿਰਫ ਨਿਗਮ ਚੋਣਾਂ ਨੂੰ ਦੇਖਦੇ ਹੋਏ ਅਨਾਊਂਸ ਕਰਦੇ? ਬਿਲਕੁਲ ਲੱਗੇਗਾ ਜੀ, 100% ਲੱਗੇਗਾ ਜੀ। ਦੇਖੋ ਗੱਲ ਇਸ ਤਰ੍ਹਾਂ, ਸਾਲ ਹੋ ਚੱਲਿਆ, ਸਿਰਫ 50 ਲੱਖ ਲੱਗਿਆ, ਅਗਲੇ 4 ਸਾਲਾਂ 'ਚ 950 ਕਰੋੜ ਕਿਵੇਂ ਲੱਗ ਜੂ, ਉਹ ਸਮਝਾ ਦੇਣ ਸਾਨੂੰ। ਅਗਲੇ 4 ਸਾਲਾਂ 'ਚ ਨਹੀਂ ਜੀ, ਅਗਲੇ 4.5 ਸਾਲਾਂ ਦਾ ਪਟਿਆਲੇ 'ਚ ਬਹੁਤ ਕੁਛ ਹੋਣਾ ਹੈ, ਇਹ ਤਾਂ ਹੁਣ ਦੀ ਅਨਾਊਂਸਮੈਂਟ ਹੈ। ਠੀਕ ਹੈ, ਠੀਕ ਹੈ ਸਰ। ਸੋ ਤੁਸੀਂ ਕਹਿ ਰਹੇ ਹੋ ਕਿ 1000 ਕਰੋੜ ਦੀ ਅਨਾਊਂਸਮੈਂਟ ਹੋਈ ਹੈ, ਸਾਰਾ ਕੁਝ ਲੱਗ ਅਕਾਲੀ ਦਲ ਵੱਲੋਂ ਜੀ ਸਰ, 10 ਸਾਲਾਂ 'ਤੇ ਉਹ ਕਹਿ ਰਹੇ ਨੇ ਕਿ ਕੁਛ ਨਹੀਂ ਹੋਇਆ, ਜੋ ਲੋਕਾਂ ਦੇ ਹਾਲਾਤ ਬਦਤਰ ਹੋ ਗਏ ਨੇ, ਜਵਾਬ ਦੇ ਦਿਓ ਉਸ 'ਤੇ। ਜੋਗਿੰਦਰ ਯੋਗੀ ਜੀ, ਮੇਰੇ ਵੱਡੇ ਭਰਾ, ਬੜਾ ਸਤਿਕਾਰ ਕਰਦਾ ਇਹਨਾਂ ਦਾ ਮੈਂ, ਪਹਿਲਾਂ ਤਾਂ ਮੈਨੂੰ ਇਹ ਇਸ ਗੱਲ ਦਾ ਜਵਾਬ ਦੇ ਦੇਣ, ਜਿਹੜੀ ਕਾਂਗਰਸ ਪਾਰਟੀ ਹੈ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ, ਜਿਹੜਾ 84 ਦੰਗੇ ਹੋਏ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਜਿਸ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਰਿਜ਼ਾਈਨ ਕਰਤਾ ਸੀਗਾ, ਅੱਜ ਉਸ ਪਾਰਟੀ ਨੂੰ ਕਿਵੇਂ ਇਹ ਰਿਪ੍ਰੈਜ਼ੈਂਟ ਕਰ ਰਹੇ ਨੇ। ਦੂਜੀ ਗੱਲ ਆ ਗਈ, ਦੂਜੀ ਗੱਲ ਕਰ ਲਈ ਆਪਾਂ, 5 ਸਾਲ ਕਾਂਗਰਸ ਦੀ ਸਰਕਾਰ ਵੀ ਰਹੀ ਇੱਥੇ, ਕੋਈ ਇੱਕ ਪ੍ਰੋਜੈਕਟ ਦੱਸ ਦੇਣ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਪੰਜਾਬ ਦੇ, ਕਿਹੜਾ ਪ੍ਰੋਜੈਕਟ ਇਹਨਾਂ ਨੇ ਉਦੋਂ ਲੋਕਾਂ ਦੀ ਯਾਦ ਕਿਉਂ ਆਈ, ਪਾਣੀ ਦਾ ਮੁੱਦਾ, ਬਿਜਲੀ ਦਾ ਮੁੱਦਾ, ਸੜਕਾਂ ਦਾ ਮੁੱਦਾ, ਜੇ ਗੱਲ ਕਰ ਲਈਏ 10 ਸਾਲਾਂ ਦੀ, ਸ਼ਹਿਰ ਦੇ ਇਕੱਲੇ ਇਕੱਲੇ ਸੜਕ, ਇਕੱਲੇ ਇਕੱਲੇ ਚੌਂਕ ਨੂੰ ਇੰਟਰਲੋਕਿੰਗ ਕੀਤਾ ਗਿਆ, ਜੇ ਗੱਲ ਕਹਿੰਦੇ ਨੇ ਅੱਜ ਸ਼ਹਿਰ ਦੀ ਸਮੱਸਿਆ ਆਈ ਹੋਈ ਹੈ ਪਾਣੀ ਪੀਣ ਦੀ, 10 ਮਹੀਨੇ ਦੀ ਸਰਕਾਰ 'ਚ ਸਿਰਫ ਪੈਚ ਲਗਾਏ ਗਏ ਨੇ। ਅੱਜ ਜੇ ਤੁਸੀਂ ਪਟਿਆਲਾ ਸ਼ਹਿਰ 'ਚ, ਮੈਂ ਤਾਂ ਧੰਨਵਾਦ ਕਰਦਾ ਇੰਡੀਆ ਨਿਊਜ਼ ਦਾ ਜਿਨ੍ਹਾਂ ਨੇ ਅੱਜ ਐਡੀ ਵੱਡੀ ਕਵਰੇਜ ਕੀਤੀ ਹੈ, ਕਿਉਂਕਿ ਪਟਿਆਲਾ ਸ਼ਹਿਰ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ ਔਰ ਕਿਸੇ ਵੀ ਮੀਡੀਆ ਵਾਲੇ ਨੇ ਹਾਲੇ ਤੱਕ ਇਹ ਕੋਸ਼ਿਸ਼ ਨਹੀਂ ਕੀਤੀ ਸੀ। ਸੋ ਮੈਂ ਤੁਹਾਡਾ ਧੰਨਵਾਦ ਵੀ ਕਰਦਾ, ਤੁਸੀਂ ਅੱਜ ਪਟਿਆਲਾ ਸ਼ਹਿਰ 'ਚ ਆ ਕੇ ਸੀਐਮ ਦਾ ਜਿਹੜਾ ਸ਼ਹਿਰ ਹੈ ਉਹ ਸ਼ਹਿਰ ਨੂੰ ਨਾ ਕੇਵਲ ਪੰਜਾਬ, ਨਾ ਕੇਵਲ ਹਿੰਦੁਸਤਾਨ, ਪੂਰੀ ਦੁਨੀਆ ਨੂੰ ਅੱਜ ਦਿਖਾਉਣ ਜਾ ਰਹੇ ਹੋ
ਤੁਸੀਂ ਮੇਰੇ ਖਿਆਲ ਜੇ ਬਾਹਰੋਂ ਆਏ ਹੋ ਤਾਂ ਕੱਲ੍ਹ ਦੇ ਆਏ ਹੋਵੋਗੇ, ਦੋ ਦਿਨ ਦਾ ਮੀਂਹ ਪਿਆ, ਸਾਰਾ ਸ਼ਹਿਰ ਪਾਣੀ ਨਾਲ ਬਲੋਕ ਹੋਇਆ ਹੋਇਆ, ਕੱਲ੍ਹ ਸਾਰਾ ਦਿਨ ਲਾਈਟ ਨਹੀਂ ਸੀ ਪਟਿਆਲਾ ਸ਼ਹਿਰ 'ਚ, ਇਸ ਗੱਲ ਦਾ ਹੀ ਜਵਾਬ ਦੇ ਦੇਣ, ਬਾਕੀ ਗੱਲਾਂ ਤਾਂ ਬਾਅਦ 'ਚ ਕਰਾਂਗੇ। ਜੀ ਉਹੀ ਮੈਂ ਜਦੋਂ ਸਵੇਰੇ ਆਇਆ ਤਾਂ ਮੇਰੇ ਕੱਪੜੇ ਵੀ ਗੰਦੇ ਹੋ ਗਏ, ਇੱਡੇ ਛੱਡੇ, ਇਹੀ ਗੱਲ ਦਾ ਜਵਾਬ ਦੇ ਦੇ, ਮੈਨੂੰ ਪਤਾ ਵੀ ਉਹ ਅੱਠ ਮਹੀਨੇ ਦੀ ਨਾਕਾਮੀ ਹੈ ਕਿ 10 ਸਾਲ ਦੀ ਨਾਕਾਮੀ ਹੈ। 10 ਸਾਲ ਤੁਸੀਂ ਕੰਮ ਕੀਤੇ ਨੇ ਜੀ, 8 ਮਹੀਨੇ 'ਚ ਪੀਣ ਵਾਲਾ ਪਾਣੀ ਨਹੀਂ ਦੇ ਸਕਦੇ, ਪੂਰੇ 5 ਸਾਲਾਂ 'ਚ ਥਰਮਲ ਲਗਾ ਕੇ ਬਿਜਲੀ ਸਰਪਲਸ ਵੀ ਕਰਤੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ। ਠੀਕ ਹੈ ਸਰਪਲਸ ਕਰ, ਮੈਂ ਤੁਹਾਡੇ ਕੋਲ ਆਵਾਂਗਾ ਯੋਗੀ ਜੀ। ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਾਡੇ ਨਾਲ ਜੁੜੇ ਨੇ ਡਾਕਟਰ ਬਲਬੀਰ ਸਿੰਘ ਜੀ। ਡਾਕਟਰ ਬਲਬੀਰ ਸਿੰਘ ਜੀ, ਤੁਹਾਡੀ ਪਾਰਟੀ ਕਿਹੜਾ ਮਾਡਲ ਲੈ ਕੇ ਇਸ ਵਾਰੀ ਜਾ ਰਹੀ ਹੈ ਚੋਣਾਂ ਦੇ ਵਿੱਚ? ਇਹ ਬਹੁਤ ਅੱਛਾ ਸਵਾਲ ਹੈ। ਇਹ ਸਥਾਨਕ ਸਰਕਾਰ ਵਾਸਤੇ ਜਿਹੜੀ ਚੋਣ ਹੋ ਜਾ ਰਹੀ ਹੈ, ਪਹਿਲਾਂ 10 ਸਾਲ ਲਗਾਤਾਰ ਉੱਪਰ ਵੀ ਅਕਾਲੀ ਬੀਜੇਪੀ, ਨੀਚੇ ਵੀ ਅਕਾਲੀ ਬੀਜੇਪੀ। ਜਿਹੜਾ ਜਨੇਜਾ ਜੀ ਕਹਿੰਦੇ ਆ ਕਿ 2 ਘੰਟੇ ਬਾਰਿਸ਼ ਹੋਈ ਆ ਅਤੇ ਪਟਿਆਲਾ ਨਰਕ ਬਣ ਗਿਆ, ਇਹ 10 ਸਾਲ ਤੋਂ ਇਹੀ ਹਾਲਤ ਹੈ। 10 ਸਾਲ ਤੋਂ ਜਿਹੜੀਆਂ ਪਟਿਆਲਾ ਦੀਆਂ ਸੜਕਾਂ ਦਾ, ਇਹ ਸਵਾਏ ਸਿਰਫ ਇੱਕ ਗੱਲ ਕਹੀ ਆ ਉਹਨਾਂ ਨੇ ਕਿ ਇੰਟਰਲੋਕਿੰਗ ਟਾਈਲਸ। ਪਹਿਲਾਂ ਦੇਖੋ ਜਨੇਜਾ ਜੀ, ਮੈਂ ਤੁਹਾਡੇ ਬਿਲਕੁਲ ਬਿਲਕੁਲ ਹੀ ਬੋਲਿਆ, ਮੈਂ ਬਿਲਕੁਲ ਹੀ ਬੋਲਿਆ ਵਿੱਚ, ਮੇਨਟੇਨ ਦਾ ਆਡੀਟੋਰ, ਮੇਨਟੇਨ ਦਾ ਡੈਕੋਰਮ। ਜੇ ਆਪਾਂ ਇਹਨਾਂ ਦੀ ਗੱਲ ਕਰੀਏ, 10 ਸਾਲ ਦੇ ਵਿੱਚ ਇੱਕ ਕਾਲੀ ਮਾਤਾ ਮੰਦਿਰ ਦੇ ਨਾਲ ਸਾਹਮਣੇ ਉਹ ਰਜਿੰਦਰਾ ਟੈਂਕ ਆ, ਉਹਦਾ ਕੰਮ ਸ਼ੁਰੂ ਕੀਤਾ ਸੀ, ਉਹ ਅੱਜ ਵੀ ਅਧੂਰਾ ਪਿਆ ਇਹਨਾਂ ਦਾ, ਅੱਜ ਵੀ ਅਧੂਰਾ ਪਿਆ। ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤਾ ਸੀਗਾ, 1.5 ਕਰੋੜ ਰੁਪਏ ਦਾ ਪ੍ਰੋਜੈਕਟ, 10 ਸਾਲ ਦੇ ਵਿੱਚ ਉਹ ਪੂਰਾ ਨਹੀਂ ਹੋਇਆ, 80 ਲੱਖ ਜਵਾਬ ਦਿਓਗੇ ਉਸ ਤੋਂ ਬਾਅਦ। 10 ਸਾਲ ਦੇ ਵਿੱਚ ਇਹ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਦੇ ਸਕੇ ਤੇ ਕੈਪਟਨ ਸਾਹਿਬ ਅਜੇ ਸਕੀਮਾਂ ਬਣਾ ਰਹੇ ਆ ਕਿ ਨਹਿਰ ਦਾ ਪਾਣੀ ਉਹਦੇ ਤੇ, ਜੋਗੀ ਜੀ 762 ਕਰੋੜ ਨਹੀਂ ਲੱਗਦੇ, ਇਹ ਜਿਹੜਾ ਇਹ ਸਿਰਫ 2-4 ਕਰੋੜ ਰੁਪਏ ਦੀ ਗੱਲ ਹੈ। ਰਜਵਾਹਾ ਬਣਿਆ ਹੋਇਆ ਪਾਣੀ ਪਟਿਆਲੇ 'ਚ ਆਉਂਦਾ ਸੀ, ਤੁਸੀਂ ਉਹਦਾ ਬੰਦ ਕੀਤਾ, ਜਿਹੜਾ ਪਟਿਆਲੇ ਦੇ ਵਿੱਚ ਇੱਕ ਸੀਵਰੇਜ ਸਿਸਟਮ ਨਹੀਂ ਦੇ ਸਕੇ, 10 ਸਾਲ 'ਚ ਅਕਾਲੀ 10 ਮਹੀਨੇ 'ਚ ਸ਼ੁਰੂਆਤ ਨਹੀਂ ਕਰ ਸਕੇ। ਕੈਪਟਨ ਸਾਹਿਬ ਨੇ ਕਿਹਾ ਕੀ ਸੀ, ਇਹਨਾਂ ਨੇ ਕਿਹਾ ਸੀਗਾ ਕਿ ਬਿਜਲੀ 5 ਰੁਪਏ ਕਰਾਂਗੇ, ਆਉਂਦੇ ਸਾਰ ਉਹਦੇ 'ਤੇ 12% ਟੈਕਸ ਲਾ ਦਿੱਤਾ, 2% ਸਰਚਾਰਜ ਲਾ ਦਿੱਤਾ ਇਹਨਾਂ ਨੇ। ਇਹਨਾਂ ਨੇ ਕਿਹਾ ਕੀ ਸੀ, ਅਸੀਂ ਨੌਕਰੀਆਂ ਦੇਵਾਂਗੇ, 800 ਸਕੂਲ ਬੰਦ ਕਰ ਦਿੱਤੇ, ਮਤਲਬ ਉਹਦੇ ਵਿੱਚੋਂ 1600 ਬੰਦੇ ਬੇਰੁਜ਼ਗਾਰ ਕਰ। ਅਸੀਂ ਇਹ ਕਹਿ ਰਹੇ ਹਾਂ, ਅਸੀਂ ਇੱਕ ਨਵੀਂ ਸੋਚ ਲੈ ਕੇ ਆ ਰਹੇ ਹਾਂ, ਇੱਕ ਵਿਗਿਆਨਿਕ ਸੋਚ ਲੈ ਕੇ ਆ ਰਹੇ ਹਾਂ, ਅਸੀਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਜਿਹੜੀਆਂ ਇਹ ਦੋਨੋਂ ਰਵਾਇਤੀ ਪਾਰਟੀਆਂ ਜਿਹੜੀਆਂ ਇਹ 70 ਸਾਲ 'ਚ ਨਹੀਂ ਦੇ ਸਕੀਆਂ, ਅਸੀਂ 5 ਸਾਲ ਦੇ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ, ਜਿਹਦੇ ਵਿੱਚ ਸੜਕਾਂ, ਜਿਵੇਂ ਦਿੱਲੀ 'ਚ ਵਾਈਫਾਈ, ਜਿਹਦੇ ਵਿੱਚ ਸੜਕਾਂ, ਜਿਵੇਂ ਦਿੱਲੀ 'ਚ ਵਾਈਫਾਈ ਫ੍ਰੀ ਦੇਖੋ ਮਿਲੇ ਹੋਏ ਆ, ਇਹ ਮਿਲੇ ਹੋਏ ਆ, ਮਿਲੇ ਹੋਏ ਆ ਵੀ ਜਿਹੜਾ ਬੰਦਾ, ਦੇਖੋ ਗੱਲ ਸੁਣ ਲਓ, ਅਕਲ ਦੀ ਗੱਲ ਸੁਣ ਲਿਆ ਕਰੋ, ਅਕਲ ਦੀ ਗੱਲ ਸੁਣ ਲਿਆ ਕਰੋ, ਯੋਗੀ ਜੀ ਸੁਣ ਲਿਆ ਕਰੋ, ਵਿੱਚੋਂ ਮੈਂ ਵਿੱਚੋਂ ਨਹੀਂ ਬੋਲਦਾ, ਮੈਂ ਵਿੱਚੋਂ ਨਹੀਂ ਬੋਲਦਾ, ਮੈਂ ਵਿੱਚੋਂ ਨਹੀਂ ਬੋਲਦਾ, ਤੁਸੀਂ ਦੋਨੋਂ ਇਕੱਠੇ ਹੋ ਕੇ ਸ਼ਾਊਟ ਕਰਦੇ ਹੋ, ਅਸੀਂ ਲੋਕਾਂ ਨੂੰ ਪੀਣ ਲਈ ਪਾਣੀ, ਮੈਂ ਤੁਹਾਡੇ ਕੋਲ ਆਵਾਂਗਾ ਸਾਰੇ ਕੋਲ। ਦੇਖੋ ਪਟਿਆਲੇ ਦੇ ਵਿੱਚ ਹਰ ਰੋਜ਼ 3 ਬੰਦੇ ਕੁੱਤੇ ਕੱਟ ਦਿੰਦੇ ਆ ਉਹਨਾਂ ਨੂੰ, ਹਰ ਰੋਜ਼ 2 ਅਵਾਰਾ ਪਸ਼ੂਆਂ ਨਾਲ, ਲੋਕ ਅਵਾਰਾ ਪਸ਼ੂਆਂ ਤੋਂ ਅਵਾਰਾ ਕੁੱਤਿਆਂ ਤੋਂ ਤੰਗ ਹੈ, ਪੀਣ ਵਾਲਾ ਪਾਣੀ ਨਹੀਂ ਹੈ, ਸੜਕਾਂ ਟੁੱਟੀਆਂ ਹੋਈਆਂ, ਡੇਂਗੂ ਦਾ ਕੈਪੀਟਲ ਪਟਿਆਲਾ ਬਣਿਆ, ਰਜਿੰਦਰਾ ਹਸਪਤਾਲ ਦੀ ਸਭ ਤੋਂ ਬੁਰੀ ਹਾਲਤ ਹੈ, ਸਭ ਤੋਂ ਜ਼ਿਆਦਾ ਬੁਰੀ ਹਾਲਤ ਹੈ ਇਹਨਾਂ ਦੀ, ਦਿੱਲੀ ਦੇ ਡਾਟੇ ਲੈ ਲੈਣ ਜਿੱਥੇ ਸਰਕਾਰ ਹੈ ਇਹਨਾਂ ਦੀ। ਠੀਕ ਹੈ ਸਰ, ਦਿੱਲੀ ਦੇ ਵਿੱਚ ਤੁਹਾਡੀ ਹੈ, ਉੱਥੇ ਕੇਂਦਰ ਦੀ ਸਰਕਾਰ ਬੀਜੇਪੀ ਦੀ ਹੈ, ਪਟਿਆਲੇ 'ਚ ਵੀ ਹੋਇਆ, ਸਕੂਲ ਠੀਕ ਹੋਏ ਆ, ਲੋਕਾਂ ਦਾ ਇਲਾਜ ਵੀ ਹੋਇਆ। ਡੇਂਗੂ ਦੀ ਗੱਲ ਕੀਤੀ ਜਾਵੇ, ਡੇਂਗੂ ਦਾ ਹਰ ਕਿਤੇ ਹੀ ਮਾੜਾ ਹਾਲ ਹੋਇਆ, ਮੈਂ ਦਿੱਲੀ 'ਚ ਰਹਿੰਦਾ ਹਾਂ, ਦਿੱਲੀ ਦੇ ਵਿੱਚ ਵੀ ਉਹੀ ਹਾਲ ਹੈ, ਦਿੱਲੀ ਦੇ ਵਿੱਚ ਵੀ ਉਹੀ ਹਾਲ ਹੈ। ਜੀ ਜੀ ਬਿਲਕੁਲ ਨਹੀਂ, ਇੱਕ ਮਿੰਟ ਸਰ, ਪੰਜਾਬੀ ਦੇ ਟੀਚਰ ਰੱਖੇ ਗਏ ਆ,
ਦਿੱਲੀ ਦੇ ਵਿੱਚ ਰੱਖਿਆ ਗਿਆ, ਪੰਜਾਬ 'ਚ ਕੋਈ ਅਧਿਆਪਕ ਨਹੀਂ ਰੱਖਿਆ ਗਿਆ, ਝੂਠ ਸਰ ਸਰ ਪਲੀਜ਼ ਪਲੀਜ਼ ਸਰ ਇਸ ਸਰ ਪਲੀਜ਼ 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 ਸਰ ਇੱਕ ਮਿੰਟ ਚਲੋ ਠੀਕ ਹੈ ਬਲਵੀਰ ਸਿੰਘ ਜੀ, ਬਲਵੀਰ ਸਿੰਘ ਜੀ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਸਰ, ਮੈਂ ਤੁਹਾਨੂੰ ਦੱਸਦਾ ਦਿੱਲੀ ਦੇ ਵਿੱਚ ਵੀ ਡੇਂਗੂ ਦਾ ਉਦਾਂ ਹੀ ਪ੍ਰਕੋਪ ਸੀਗਾ ਜਿੱਦਾਂ ਪੰਜਾਬ ਵਿੱਚ ਸੀਗਾ, ਤੇ ਪੰਜਾਬ ਦੇ ਵਿੱਚ ਤਾਂ ਹੁਣ ਇੰਨੇ ਮਾੜੇ ਹਾਲਾਤ ਹੋ ਗਏ ਸੀ ਕਿ ਕਪੂਰਤਲਾ ਦੀ ਇੱਕ ਹਾਲਤ ਨੇ ਤੁਹਾਡੇ ਜਿਹੜੇ ਅਦਾਲਤ ਹੈ ਉਸਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਨਵਜੋਤ ਸਿੰਘ ਸਿੱਧੂ ਨੂੰ ਸਮਨ ਕਰਤਾ ਸੀ ਵੀ ਦੱਸੋ ਸਫਾਈਆਂ ਕਿਉਂ ਨਹੀਂ ਹੋ ਰਹੀਆਂ ਸਰ, ਇੱਥੇ ਤੁਸੀਂ ਗੱਲ ਕਰ ਰਹੇ ਹੋ, ਜਵਾਬ ਵੀ ਦੇਣਾ ਜੀ ਤੁਹਾਨੂੰ, ਜੀ 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 ਗੱਲ ਇਹ ਹੈ ਕਿ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਹੁਣ ਸ਼ੁਰੂ ਹੋਈਆਂ ਜੀ, ਤੁਸੀਂ ਗੱਲ ਕਰ ਰਹੇ ਹੋ ਅਸੀਂ ਟੋਕਦੇ ਨੀ, ਜਦੋਂ ਅਸੀਂ ਗੱਲ ਕਰਦੇ ਹਾਂ ਸੁਣ ਲਓ ਪਹਿਲਾਂ ਫਿਰ ਹਜਮ ਹੋਏਗੀ ਤੁਹਾਨੂੰ, ਤਾਂ ਕਰਕੇ ਕਾਰਪੋਰੇਸ਼ਨਾਂ ਕਾਰਪੋਰੇਸ਼ਨਾਂ ਨਗਰ ਨਿਗਮ ਨਗਰ ਸਰ ਪਲੀਜ਼ ਹੁਣ ਇਲੈਕਸ਼ਨਾਂ ਹੋਣ ਜਾ ਰਹੀਆਂ, ਤੁਸੀਂ 10 ਸਾਲ ਸਾਰੀ ਬਾਡੀ ਚਲਾਈ ਹੈ, ਲੋਕਲ ਬਾਡੀ ਤੁਹਾਡੀ ਸਰਕਾਰ ਤੁਹਾਡੀ, ਤੁਸੀਂ ਦੱਸੋ ਤੁਸੀਂ ਕੀਤਾ, ਤੁਸੀਂ ਗੱਲਾਂ ਕਰਦੇ ਹੋ ਇੰਟਰਲੈ ਡੇਂਗੂ ਦਾ ਰਿਕਾਰਡ ਕੱਢ ਲਓ, ਜੇ 10 ਸਾਲਾਂ ਚ 10 ਮਹੀਨਿਆਂ ਜਿੰਨਾ ਹੋਵੇ ਰਿਕਾਰਡ ਕੱਢ ਲਓ, ਠੀਕ 10 ਮਹੀਨਿਆਂ ਦਾ 10 ਸਾਲ ਨਾਲ ਕੰਪੈਰੀਜ਼ਨ ਕਰ ਲਓ, ਡਿਵੈਲਪਮੈਂਟ ਦੀ ਇੰਟਰਲੋਕਿੰਗ ਟਾਈਲ ਲੱਗੀ ਹੈ, ਠੀਕ ਹੈ 10 ਮਹੀਨੇ ਪਹਿਲਾਂ ਲੱਗੀ ਹੈ, ਸਾਰੀਆਂ ਇੰਟਰਲੋਕਿੰਗ ਟਾਈਲਾਂ ਟੁੱਟੀਆਂ ਹੋਈਆਂ, ਉਸ ਤੋਂ ਬਾਅਦ ਠੀਕ ਹੈ ਮੈਂ ਉਹਦਾ ਵੀ ਜਵਾਬ ਲੈ ਲੈਣਾ ਸਰ, ਜ਼ਿਲ੍ਹਾ ਭਵਨ ਚੌਂਕ ਦਾ ਸੜਕ ਬਣੀ ਗੱਲ ਹੈ ਪੈਚ ਵਰਕ ਦੀ, ਇਹਨਾਂ ਦੀ ਸਰਕਾਰ ਚੰਨੀ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਉਹਨੇ ਵਿਧਾਨ ਸਭਾ ਦਾ ਹੱਥ ਖੜਾ ਕਰਕੇ ਕਿਹਾ ਜਵਾਬ ਦੇ ਪਿਛਲੇ 5 ਸਾਲਾਂ ਚ ਪੈਚ ਵਰਕ ਕੀਤਾ, ਪਹਿਲੇ ਇੱਕ ਹੱਥ ਖੜਾ ਕਰਕੇ ਇਹਨਾਂ ਦੇ ਆਪੋਜੀਸ਼ਨ ਲੀਡਰ ਨੇ, ਤੁਸੀਂ ਚਲੋ ਠੀਕ ਹੈ ਸਰ 1 by 1 ਤੁਸੀਂ ਪੈਚ ਵਰਕ ਜੋ ਕਰ ਸਾਡੇ ਲਈ ਖਜ਼ਾਨਾ ਛੱਡਿਆ, ਕੰਗਾਲ ਕਰਤਾ ਤੁਸੀਂ ਪੰਜਾਬ ਨੂੰ, ਉਹ 10 ਸਾਲ ਅਸੀਂ ਚਲਾਇਆ ਸੀ, ਅਸੀਂ ਚਲਾਉਂਦੇ ਹਾਂ ਅੱਜ ਛੱਡਦੇ ਹਾਂ, ਅਸੀਂ ਚਲਾਉਂਦੇ ਹਾਂ ਅੱਜ ਛੱਡਦੇ, ਜੇ ਪੰਜਾਬ ਕੰਗਾਲ ਹੋ ਗਿਆ ਤੁਸੀਂ ਵਿਧਾਨ ਸਭਾ ਵਾਲਾ ਮਾਹੌਲ ਕ੍ਰੀਏਟ ਕਰ ਰਹੇ ਹੋ ਮੈਨੂੰ ਲੱਗ ਰਿਹਾ, ਠੀਕ ਹੈ ਜੁਨੇਜਾ ਜੀ ਉਹੀ ਸਵਾਲ ਚੁੱਕ ਰਹੇ ਨੇ, ਇਧਰੋਂ ਕੋਈ ਦਰਸ਼ਕ ਵੀ ਬੋਲ ਰਹੇ ਸਨ ਕਿ ਤੁਹਾਡੇ ਆਪਣੇ ਹੀ ਦਫ਼ਤਰ ਦੇ ਅੱਗੇ ਦੀ ਸੜਕ ਟੁੱਟੀ ਹੋਈ ਹੈ, ਇੱਕ ਮਿੰਟ ਸਰ ਇੱਕ ਸਵਾਲ ਕੀਤਾ ਮੈਂ ਉਹਨਾਂ ਦਾ ਜਵਾਬ ਦੇਣਾ ਚਾਹਾਂਗਾ ਜੀ, ਜੀ ਸਰ ਪਲੀਜ਼ ਮੈਂ ਤੁਹਾਡੇ ਕੋਲ ਆਵਾਂਗਾ, ਸਵਾਲ ਕਰਕੇ ਜਵਾਬ ਵੀ ਲਈ ਜਾਓ, ਸਰ ਤੁਸੀਂ ਬੈਠੋ ਸਰ ਮੈਂ ਕੁਐਸਚਨ ਤੁਹਾਡੇ ਕੋਲ ਲਊਂਗਾ ਨਾ, ਉਹਨਾਂ ਤੋਂ ਜਵਾਬ ਲੈ ਲਾ ਪਹਿਲਾਂ, ਤੁਸੀਂ ਲਵਾਂਗਾ ਨਾ, ਹਾਂਜੀ ਸਰ ਪਲੀਜ਼, ਹਾਂਜੀ ਜੁਨੇਜਾ ਜੀ, ਇੰਡੀਆ ਨਿਊਜ਼ ਨੂੰ ਦੱਸਣਾ ਚਾਹੁੰਦਾ ਮੇਰਾ ਦਫ਼ਤਰ ਰਾਜੇ ਦੇ ਮਹਿਲ ਦੇ 1.5 ਕਿਲੋਮੀਟਰ ਦੇ ਦੂਰ ਤੇ ਹੈ, ਅਸੀਂ ਉਹ ਸਾਰੀਆਂ ਸੜਕਾਂ ਬਣਵਾਈਆਂ ਹੋਈਆਂ, ਸਭ ਨੂੰ ਪਤਾ ਇਹਨਾਂ ਨੂੰ ਕੋਈ ਬੜਾ ਚਸ਼ਮਾ ਦੇਣ ਦੀ ਲੋੜ ਨਹੀਂ ਸੜਕਾਂ ਦੇਖਣ ਦੀ, ਰਹੀ ਗੱਲ ਕਿਉਂਕਿ ਉਹ ਮੋਤੀ ਮਹਿਲ ਨੂੰ ਖੜਕ ਜਾਂਦੀ ਹੈ, ਅੱਜ ਜਿਹੜੀ ਲਾਈਟਾਂ ਦੀ ਗੱਲ ਵੀ ਕਰਦੇ ਹਾਂ, ਜੋ ਵੀ ਕੰਮ ਹੋਇਆ ਪਿਛਲੇ 5 ਸਾਲਾਂ ਤੁਸੀਂ ਆਪ ਹੋ, ਕੋਈ ਗੱਲ ਨੀ ਸਾਡੇ ਵੀ ਵਿਚਾਰ ਸੁਣੋਗੇ, ਸਾਡੀਆਂ ਵੀ ਗੱਲਾਂ ਸੁਣੋਗੇ, ਜਦ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ ਪਟਿਆਲਾ ਸ਼ਹਿਰ 'ਚ, ਉਦੋਂ ਦੀ ਡਿਵੈਲਪਮੈਂਟ ਕਰ ਜਿਓ, ਸਿਰਫ ਪੈਲਸ ਦੇ ਅੱਗੇ ਵਾਲੀ ਸੜਕ ਬਣੀ ਸੀ, ਅੱਜ ਵੀ ਲਾਈਟਾਂ ਲੱਗੀਆਂ, ਸਿਰਫ ਪੈਲਸ ਦੇ ਅੱਗੇ ਲੱਗੀਆਂ ਹੋਈਆਂ, ਅੱਜ ਵੀ ਜੇ ਪੈਲਸ ਦੇ ਲਾਈਟਾਂ ਲੱਗੀਆਂ ਸਿਰਫ ਉਹਦੇ ਅੱਗੇ ਲੱਗੀਆਂ ਹੋਈਆਂ,
ਮਤਲਬ ਕਹਿਣ ਦਾ ਕੀ ਹੈ? ਅੱਛਾ ਦੱਸੋ ਕੀ ਹਾਲ ਹੁੰਦਾ? ਇਹ ਜਵਾਬ ਮੇਰੀ ਗੱਲ ਦਾ ਦੇ ਦੇ, ਮੇਰੀ ਜਵਾਬ ਦਾ ਗੱਲ ਜੀ 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 ਜਵਾਬ ਯੋਗੀ ਜੀ ਪੁੱਲੇ ਕਿਨੇ ਬਣਾਇਆ? ਯੋਗੀ ਜੀ ਬਾਈਪਾਸ ਕਿਨੇ ਬਣਾਇਆ? ਮੇਰਾ ਜਵਾਬ ਦੇ ਦੇਣ ਜੀ, ਇਹ ਸ਼ਹਿਰ ਦੇ ਵਿੱਚ ਜੀ ਜੀ ਮੈਂ ਜਵਾਬ ਸਾਰਿਆਂ ਦਾ ਦੇਵਾਂਗਾ। ਜੇ ਇਹ ਗੱਲ ਸੀ ਟਰੈਕਟਰ ਮਾਰਕੀਟ ਕਿਨੇ ਬਾਹਰ ਕੱਢੀ? ਯੋਗੀ ਜੀ ਸ਼ਹਿਰ ਚ ਸਬਜ਼ੀ ਮੰਡੀ ਕਿਨੇ ਬਾਹਰ ਕੱਢੀ? ਯੋਗੀ ਜੀ ਜਵਾਬ ਦਿਓ। ਯੋਗੀ ਜੀ ਜੀ ਯੋਗੀ ਜੀ ਇਹ ਗੱਲ ਦਾ ਜਵਾਬ ਦੇ ਦਿਓ, ਇਹ ਗੱਲ ਦਾ ਜਵਾਬ ਦੇ ਦਿਓ, ਇਹ ਗੱਲ ਦਾ ਜਵਾਬ ਦੇ ਦਿਓ। ਜੇ ਕੈਪਟਨ ਅਮਰਿੰਦਰ ਸਿੰਘ ਜੀ ਪਟਿਆਲਾ ਸ਼ਹਿਰ ਚੋਂ 52,000 ਵੋਟਾਂ ਨਾਲ ਜਿੱਤ ਕੇ ਗਏ ਤਾਂ ਅੱਜ ਕੀ ਹੋ ਗਿਆ 10 ਮਹੀਨੇ 'ਚ ਤੁਹਾਨੂੰ ਇਹੋ ਜਿਹਾ 42 ਨੰਬਰ ਵਾਰਡ ਦਾ ਜਿਹੜਾ ਐੱਮ ਸੀ ਹੈ ਤੁਹਾਡਾ ਮੇਅਰ ਦਾ ਕੈਂਡੀਡੇਟ ਹੈ ਉਹਨੇ ਤਿੰਨ ਤਿੰਨ ਚਾਰ ਚਾਰ ਬੰਦਿਆਂ ਦੇ ਪਰਚੇ ਰਿਜੈਕਟ ਕਰਾ ਤੇ ਔਰ ਇਕੱਲੇ ਇਕੱਲੇ ਕੈਂਡੀਡੇਟ ਦੇ ਪਿੱਛੇ ਪੂਰੀ ਵਾਰੀ ਹੋਈ ਹੈ ਹੋ ਸਕਦੇ ਹੈ ਇਹ ਜਾਨ ਦੱਸ ਰਹੇ ਨੇ ਸਾਡੇ ਵੱਲ ਪ੍ਰੂਫ ਨੇ ਜੀ ਜੀ ਪ੍ਰੂਫ ਨੇ ਫੋਟੋ ਸਟੇਟਾਂ ਠੀਕ ਹੈ ਠੀਕ ਹੈ ਗਣੇਸ਼ ਜੀ ਇਹੀ ਇਲਜ਼ਾਮ ਲੱਗਦੇ ਰਹੇ ਬਲਵੀਰ ਜੀ ਨੂੰ ਪੁੱਛੋ ਠੀਕ ਹੈ ਠੀਕ ਹੈ ਸਰ ਪੁੱਛੋ ਸਰ ਯੋਗੀ ਜੀ ਯੋਗੀ ਜੀ 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 ਐਨਰਜੈਟਿਕ ਹੈ ਬਹੁਤ ਜ਼ਿਆਦਾ ਮੈਨੂੰ ਪਤਾ ਲੇਕਿਨ ਜੇ ਪ੍ਰੂਫ ਹੈ ਇਲਜ਼ਾਮਬਾਜ਼ੀਆਂ ਨੇ ਬਲਵੀਰ ਸਿੰਘ ਜੀ ਸਰ ਪਲੀਜ਼ ਜੀ ਜੀ ਤੇ ਸਰ ਉਹ ਤਾਂ ਇੱਕ ਮਿੰਟ ਸਰ ਯੋਗੀ ਜੀ ਸਰ ਇੱਕ ਮਿੰਟ ਸਰ ਸਰ ਉਹ ਇੱਕ ਸਰ ਬਲਵੀਰ ਸਿੰਘ ਜੀ 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 ਸਰ ਪਲੀਜ਼ ਸਰ ਪਲੀਜ਼ ਬਲਵੀਰ ਸਿੰਘ ਜੀ ਸਰ ਇਹ ਜੋ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਮੈਂ ਜਿਹੜਾ ਜਨਤਾ ਦੇ ਵਾਸਤੇ ਜਿਹੜਾ ਇੱਕ ਆਪਣਾ ਸਾਡਾ ਏਜੰਡਾ ਹੈਗਾ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਇੱਕ ਪੋਜ਼ਿਟਿਵ ਏਜੰਡਾ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਮੁਹੱਲਾ ਸਭਾ ਦੇ ਪੈਟਰਨ ਦੇ ਉੱਤੇ ਵਾਰਡ ਸਭਾ ਬਣਾਵਾਂਗੇ ਜਿਹਦੇ ਵਿੱਚ ਚਾਹੇ ਉਹ ਸਫਾਈ ਸੇਵਕ ਹੈ ਪਾਣੀ ਦੀ ਟੂਟੀ ਆ ਸਟਰੀਟ ਲਾਈਟ ਹੈ ਅਸੀਂ ਡੀਸੈਂਟਰਲਾਈਜ਼ ਪਾਵਰ ਉਸ ਵਾਰਡ ਸਭਾ ਨੂੰ ਦੇਵਾਂਗੇ ਉਹਨਾਂ ਨੂੰ ਮਿਊਨਿਸਪੈਲਟੀ ਦੇ ਚੱਕਰ ਨਹੀਂ ਲਾਉਣੇ ਪੈਣਗੇ ਜਿਹੜੀਆਂ ਜਿੰਨੀਆਂ ਵੀ ਉਹਨਾਂ ਦੀਆਂ ਬਿਲਡਿੰਗ ਕੋਈ ਵੀ ਜਿਹੜਾ ਹੈਗਾ ਸੀ ਉਹਨੂੰ ਸਾਰਾ ਕੁਝ ਆਨਲਾਈਨ ਕਰਾਂਗੇ ਅਸੀਂ ਕਿਸੇ ਨੂੰ ਜਾ ਕੇ ਕੋਈ ਰਿਸ਼ਵਤ ਨਹੀਂ ਦੇਣੀ ਪਏਗੀ ਕਰਪਸ਼ਨ ਫਰੀ ਕਰਾਂਗੇ ਇਸ ਤੋਂ ਬਾਅਦ ਅਸੀਂ ਜਿਹੜਾ ਪਾਣੀ ਜਿਹੜਾ ਬਾਰਿਸ਼ ਦਾ ਪਾਣੀ ਹੈ ਇਹਦੇ ਵਾਸਤੇ ਜਿਹੜਾ ਬਾਰਿਸ਼ ਦਾ ਪਾਣੀ ਹੈ ਮੈਂ ਜੋਗੀ ਜੀ ਵਿੱਚ ਨਹੀਂ ਬੋਲਦਾ ਜਦੋਂ ਬਾਰਿਸ਼ ਦਾ ਪਾਣੀ ਛੋਟੇ ਵੀਰ ਗੱਲ ਸੁਣ ਲਈ ਦੀ ਹੁੰਦੀ ਆ ਕੋਈ ਸਿਆਣੀ ਗੱਲ ਸੁਣ ਲਈ ਹੁੰਦੀ ਆ ਜਿਹੜਾ ਬਾਰਿਸ਼ ਦਾ ਪਾਣੀ ਹੈ ਅੱਜ ਵੀ ਸਾਰੇ ਬੰਦੇ ਜਿੱਥੇ ਬੈਠੇ ਆ ਜਾ ਕੇ ਦੇਖ ਸਕਦੇ ਆ ਮੋਦੀ ਮੰਦਿਰ ਦੇ ਬਾਹਰ ਮੈਂ ਇੱਕ ਵਾਟਰ ਰੀਚਾਰਜਿੰਗ ਵੈਲ ਬਣਾਇਆ ਜਿਹਦੇ ਨਾਲ ਜਿਹੜਾ ਬਾਰਿਸ਼ ਦਾ ਪਾਣੀ ਹੈ ਜ਼ਮੀਨ ਦੇ ਨੀਚੇ ਦੋ ਮਰਜਿੰਦਰਾ ਹਸਪਤਾਲ 'ਚ ਬਣਾਇਆ IMA ਵੱਲੋਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਗੰਗਾ ਜਲ ਹੈ ਸਾਫ਼ ਪਾਣੀ ਹੈ ਉਹ ਛੱਡ ਕੇ ਜਾਵਾਂਗੇ ਇਹ ਜਿਹੜੀਆਂ ਮੌਜੂਦਾ ਪੀੜ੍ਹੀਆਂ ਹੈਗੀਆਂ ਉਹਨਾਂ ਨੂੰ ਪੀਣ ਲਈ ਪਾਣੀ ਨਹੀਂ ਦੇ ਸਕੇ ਅਸੀਂ ਅਵਾਰਾ ਪਸ਼ੂਆਂ ਨੂੰ ਸਾਰੇ ਪਟਿਆਲੇ ਦੇ ਜਿਹੜੇ ਮੇਰੇ ਭਰਾ ਬੈਠੇ ਆ ਇਹ ਸਾਰੇ ਕਾਓ ਟੈਕਸ ਦਿੰਦੇ ਆ ਇਹ ਟੈਕਸ ਦਿੰਦੇ ਆ ਮੇਰੇ ਵੀਰ ਜਿਹੜਾ ਤੁਸੀਂ ਪੈਸਾ ਦਿੰਦੇ ਹੋ ਜਿਹੜਾ ਤੁਸੀਂ ਪੈਸਾ ਦਿੰਦੇ ਹੋ ਅਸੀਂ ਜਿਹੜੀਆਂ ਗਾਈਆਂ ਹੈਗੀਆਂ ਗਊ ਮਾਤਾ ਨੂੰ ਰਿਸਪੈਕਟੇਬਲ ਜਗ੍ਹਾ ਦੇਵਾਂਗੇ ਚਾਰਾ ਦੇਵਾਂਗੇ ਲੋਕਾਂ ਦੇ ਐਕਸੀਡੈਂਟ ਨਹੀਂ ਹੋਣਗੇ ਤੁਹਾਨੂੰ ਅਵਾਰਾ ਕੁੱਤੇ ਅਵਾਰਾ ਪਸ਼ੂ ਨਜ਼ਰ ਨਹੀਂ ਆਣਗੇ ਠੀਕ ਹੈ ਸਰ ਮੈਂ ਦਰਸ਼ਕਾਂ ਦਾ ਸਵਾਲ ਲੈਣਾ ਸਰ ਇੱਕ ਮਿੰਟ ਬੈਠੋ ਸਰ ਇੱਕ ਮਿੰਟ ਦਰਸ਼ਕਾਂ ਦਾ ਸਵਾਲ ਲੈਣਾ ਸਾਰੇ ਜਾਣੇ ਸਰ ਇੱਕ ਮਿੰਟ ਕਿਹੜੇ ਤਰੀਕੇ ਨਾਲ ਕਰਨਗੇ ਸਰ ਠੀਕ ਹੈ ਸਰ ਤੁਸੀਂ ਬੈਠੋ ਸਰ ਠੀਕ ਹੈ ਉਹ ਸਾਰਿਆਂ ਨੂੰ ਪਤਾ ਸਰ ਦਿਮਾਗ ਜ਼ਬਤ ਹੋਈ ਮੈਂ ਸਾਰਿਆਂ ਕਹਾਂਗਾ ਸਰ ਯੋਗੀ ਜੀ 2012 ਜੋ ਕੈਪਟਨ ਸਾਹਿਬ ਦੀ ਸਰਕਾਰ ਬਣੀ ਸੀਗੀ ਸਭ ਤੋਂ ਪਹਿਲਾਂ ਮੁੱਦਾ ਰੱਖਿਆ ਸੀਗਾ
ਕਿ ਗੰਦ ਦਾ ਢੇਰ ਇੱਥੋਂ ਸ਼ਿਫਟ ਹੋਏਗਾ। ਪਹਿਲੀ ਗੱਲ 2012 ਨਹੀਂ ਜੀ, 2002 ਚ ਬਣੀ ਸੀ, 2002 ਚ ਬਣੀ ਸੀ, 2012 ਤੁਹਾਡੀ ਸਰਕਾਰ, 2002 ਦੇ ਜਦੋਂ 2002 ਦੇ ਜੋ ਮੁੱਖ ਮੰਤਰੀ ਬਣੇ ਸੀ, ਪਹਿਲਾ ਮੁੱਦਾ ਸੀਗਾ ਕਿ ਗੰਦ ਦਾ ਢੇਰ ਪਟਿਆਲੇ ਚੱਕ ਕੇ ਸ਼ਿਫਟ ਕੀਤਾ ਜਾਊਗਾ। ਉਹ ਉਦੋਂ ਦਾ ਹੁਣ ਤੱਕ ਵੱਧਦਾ ਹੀ ਜਾ ਰਿਹਾ, ਜਦਕਿ ਉਦੋਂ ਕਿਹਾ ਸੀ ਪਹਿਲੇ 5 ਸਾਲਾਂ 'ਚ ਇਹ ਗੰਦ ਦਾ ਢੇਰ ਸ਼ਿਫਟ ਕਰਾਂਗੇ, ਉਹ ਅੱਜ ਤੱਕ ਨਹੀਂ ਹੋਇਆ। ਤੁਹਾਡੇ ਕੋਲ ਕੋਈ ਐਸਾ ਡਾਕੂਮੈਂਟ ਹੈ ਜਿਹੜਾ ਪ੍ਰੂਵ ਕਰਦਾ ਹੋਵੇ ਵੀ 2002 ਦਾ? ਤੁਸੀਂ ਆਪਣਾ ਮੈਨੀਫੈਸਟੋ ਦੇਖ ਲਓ ਜੀ ਉਸ ਟਾਈਮ। ਨਹੀਂ, ਦੋ ਤੁਸੀਂ ਲਿਆਓ, ਤੁਸੀਂ ਆਪਣਾ ਮੈਨੀਫੈਸਟੋ ਦੇਖ। ਠੀਕ ਹੈ ਸਰ। ਹਾਂ ਜੀ, ਪ੍ਰੂਵ ਕਰੋ, ਇੱਕ ਮਿੰਟ ਮੈਨੀਫੈਸਟੋ ਸਰ, ਯੋਗੀ ਜੀ ਇੱਕ ਮਿੰਟ ਸਰ, ਇੱਕ ਮਿੰਟ ਸਰ 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 ਬਹਿ ਜਾਓਗੇ ਸਰ, ਬੈਠੋ। 7 ਮਹੀਨੇ ਹੋ ਰਹੇ ਹਾਂ ਜੀ, ਉਹਦਾ ਬਾਅਦ ਸ਼ੁਰੂ ਹੋ ਗਿਆ। ਅਕਾਲੀ ਰਹੇ ਇਹ ਕਿਉਂ ਨਹੀਂ ਜਿੱਤਿਆ? ਮਿਲਣਗੇ, ਬਿਲਕੁਲ ਮਿਲਣਗੇ, ਇਹਨਾਂ ਸਿਰ ਮਿਲਣਗੇ, ਬਿਲਣਗੇ, ਲੁੱਟਿਆ ਹੈ। ਠੀਕ ਹੈ ਸਰ ਸਰ ਇਲਜ਼ਾਮ ਨੇ ਮੈਂ ਤੁਹਾਡੇ ਸਾਰੇ ਕੋਲ ਜਵਾਬ ਲਵਾਂਗਾ, ਇੱਕ ਵਾਰੀ ਸਾਰੇ ਤੋਂ ਸਵਾਲ ਲੈਣਾ। ਜੀ ਸਰ ਤੁਸੀਂ ਕੀ ਕਹਿਣਾ ਚਾਹੋ? ਮੈਂ ਹੰਬਲੀ ਰਿਕੁਐਸਟ ਕਰੂੰਗਾ, ਮੇਰਾ ਕੁਐਸਚਨ ਜ਼ਰੂਰ ਸੁਣ ਲਓ ਭਰਾਓ, ਆਪਾਂ ਸਾਰੇ ਲੋਕਲ ਹੈ, ਜੋਗੀ ਜੀ, ਡਾਕਟਰ ਸਾਹਿਬ, ਜਨੇਜਾ ਸਾਹਿਬ ਖੜ੍ਹੇ ਹੈ, ਆਹ ਮੇਰੇ ਭਰਾ ਪਿੱਛੇ ਬੈਠੇ ਰੌਲਾ ਪਾਉਂਦੇ ਆ, ਮੇਰੇ ਸਤਿਕਾਰਯੋਗ ਇੱਕ ਬੇਨਤੀ ਕਰਨੀ ਚਾਹੁੰਦਾ। 2002 ਤੋਂ ਲੈ ਕੇ 2007 ਤੱਕ ਕਾਂਗਰਸ ਦੀ ਸਰਕਾਰ ਰਹੀ, ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ, ਲਗਾਤਾਰ 10 ਸਾਲ ਸਾਡੀ ਸਰਕਾਰ ਰਹੀ। ਇਹ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਰਿਕਾਰਡ ਹੈ, ਚੈਲੰਜ ਵੀ ਕਰਦੇ ਹਾਂ ਅਸੀਂ ਇਸ ਨੂੰ ਕਿ ਉਹਨਾਂ 5 ਸਾਲਾਂ 'ਚ ਕੇਵਲ ਮਹਿਜ਼ 561 ਕਰੋੜ ਰੁਪਇਆ ਜਿਹੜਾ ਸ਼ਹਿਰ ਪਟਿਆਲੇ ਲਈ ਉਹਨਾਂ ਨੇ ਲਾਇਆ, ਸਾਢੇ 10 ਸਾਲਾਂ ਦੇ ਵਿੱਚ 7,156 ਕਰੋੜ ਰੁਪਇਆ ਪਟਿਆਲੇ ਸ਼ਹਿਰ 'ਚ ਲੱਗਿਆ, ਰਿਕਾਰਡ ਹੈ ਜਿਹੜਾ ਮਰਜ਼ੀ। ਇਲੈਕਸ਼ਨ ਪਟਿਆਲੇ ਦੀ ਸਰ ਇਲੈਕਸ਼ਨ ਸੀਗੀ ਜੀ, 22 ਇਲੈਕਸ਼ਨ ਪਟਿਆਲੇ ਦੀ, ਹਰ ਵਾਰਡ ਨੂੰ ਕਿਸੇ ਨੂੰ 1.5 ਕਰੋੜ, ਕਿਸੇ ਨੂੰ 2.5 ਕਰੋੜ, ਸਰ ਕਿਸੇ ਨੂੰ 3.5 ਕਰੋੜ ਅਨਾਊਂਸ ਹੋਇਆ ਜੀ। ਮੈਂ ਵਾਰਡ ਨੰਬਰ 48 ਤੋਂ ਕੰਟੈਸਟ ਕਰ ਰਿਹਾ, ਖਾਲਸਾ ਮਹੱਲਾ ਮੇਰਾ ਏਰੀਆ ਪੈਂਦਾ ਜੀ ਜੀ, ਔਨ ਰਿਕਾਰਡ ਹੈ। ਜਸਪਾਲ ਸਿੰਘ ਪ੍ਰਧਾਨ ਸਾਬਕਾ ਮੇਅਰ ਉਸ ਟਾਈਮ ਉੱਥੇ ਸੀਗੇ, ਠੀਕ ਹੈ, ਉਸ ਟਾਈਮ ਬਾਦਲ ਸਾਹਿਬ ਆਏ, ਆ ਕੇ ਉੱਥੇ ਉਹਨਾਂ ਨੇ ਅਨਾਊਂਸ ਕੀਤਾ ਕਿ 2.5 ਕਰੋੜ ਰੁਪਇਆ 39 ਨੰਬਰ ਵਾਰਡ ਲਈ ਦੇ ਰਿਹਾ। ਜੁਨੇਜਾ ਸਾਹਿਬ ਆਪਣੇ ਦਿਲ ਦੇ ਉੱਪਰ ਹੱਥ ਰੱਖ ਕੇ ਕਹਿ ਦੇਣ ਕਿ 2.5 ਕਰੋੜ ਲੱਗਿਆ, 25 ਲੱਖ ਲੱਗਿਆ, 15 ਲੱਖ ਲੱਗਿਆ, 5 ਲੱਖ ਲੱਗਿਆ, ਠੀਕ ਹੈ, ਇੱਕ ਟੈਂਡਰ ਮੈਨੂੰ ਸਾਬਤ ਕਰ ਦਿਓ। ਠੀਕ ਹੈ ਸਰ, ਉਹੀ ਸਰ ਤੁਹਾਡੇ ਦੋਵਾਂ ਤੋਂ ਸਵਾਲ ਨੰਬਰ ਵਾਰਡ ਜੀ ਇੱਕ ਟੈਂਡਰ ਲੱਗਿਆ ਹੋਵੇ ਉਹ ਸਾਬਤ ਕਰੋ, ਫਿਰ ਸਾਡੇ ਨਾਲ ਗੱਲ ਕਰੋ, ਗੱਲਾਂ ਡਿਵੈਲਪਮੈਂਟ ਦੀਆਂ ਜੀ। ਸਰ ਇੱਕ ਮਿੰਟ, ਗੱਲ ਪੰਜਾਬ ਦੇ ਮੁੱਖ ਮੰਤਰੀ ਦੀ, ਆ ਕੇ ਇੱਕ ਵਾਰਡ ਦੇ ਖੜ ਗਈ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਹਿਰ ਤੇ ਗੱਲ ਇੱਕ ਵਾਰਡ ਦੇ ਅੱਗੇ ਖੜ ਗਈ। ਐਗਜ਼ਾਮਪਲ ਦੇ ਸਕਦਾ ਆਪਣੇ ਵਾਰਡ ਦੀ, ਐਗਜ਼ਾਮਪਲ ਦਾ ਇਹਨਾਂ ਦੀਆਂ ਹੈਗੀਆਂ ਨੇ, ਤੁਸੀਂ ਦੱਸੋ ਮੈਂ, ਤੁਸੀਂ ਕਿਹਾ ਜੀ 100 ਕਰੋੜ ਰੁਪਇਆ ਪਟਿਆਲੇ ਦੇ ਉੱਪਰ ਲੱਗਿਆ, ਮੈਂ ਤੁਹਾਨੂੰ ਇੱਕ ਸਵਾਲ ਕੀਤਾ। ਅੱਛਾ, ਤੁਸੀਂ ਬੋਲ ਕੇ ਮੇਰੀ ਗੱਲ ਜਿਹਨਾਂ ਬੋਲਿਓ ਤੁਸੀਂ, ਪਹਿਲਾਂ ਪੂਰੀ ਗੱਲ ਸਰ, ਉਹੀ ਮੈਂ ਕਹਿ ਰਿਹਾ ਨਾ, 1x1 ਦਿਓ ਜਵਾਬ, ਇੱਥੇ ਪਤਾ ਨਹੀਂ ਲੱਗਦਾ। ਉਹਨੇ ਅਨਾਊਂਸ ਕੀਤਾ, ਠੀਕ ਹੈ, 39 ਨੰਬਰ ਵਾਰਡ ਦੇ ਵਾਸਤੇ 2.5 ਕਰੋੜ ਰੁਪਏ ਦਾ ਐਲਾਨ ਕਰਦਾ, ਮੈਨੂੰ 5 ਲੱਖ ਰੁਪਇਆ ਗਿਣਾ ਦਿਓ, ਇੱਕ ਟੈਂਡਰ ਦਿਖਾ ਦਿਓ ਸਾਹਮਣੇ ਵੀ ਇਹ ਟੈਂਡਰ। ਜਵਾਬ ਲੈ ਲੈ ਯੋਗੀ ਜੀ, ਉਹਨਾਂ ਤੋਂ ਜਵਾਬ ਲੈ ਲੈ ਪਲੀਜ਼। ਜੁਨੇਜਾ ਜੀ, ਯੋਗੀ ਜੀ ਬੋਲਿਓ ਉਹਨਾਂ ਵਿੱਚ। ਦੇਖੋ ਇਹ ਗੱਲ ਕਰਦੇ ਨੇ ਸ਼ਾਹੀ ਸ਼ਹਿਰ ਦੀ, ਗੱਲ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ। ਇੱਥੇ ਪਟਿਆਲੇ ਸ਼ਹਿਰ 'ਚ ਰਜਿੰਦਰਾ ਹੌਸਪੀਟਲ ਹੈ, 5 ਸਾਲਾਂ 'ਚ ਰਜਿੰਦਰਾ ਹੌਸਪੀਟਲ ਘੱਟੋ ਘੱਟ 80 ਤੋਂ 100 ਕਿਲੋਮੀਟਰ ਦੇ ਗਰੀਬਾਂ ਨੂੰ ਕੇਟਰ ਕਰਦਾ ਉਹ। ਅੱਜ ਤੁਸੀਂ ਜਾ ਸਕਦੇ ਹੋ, ਮਿੰਨੀ PGI ਬਣ ਗਿਆ ਉਹ, ਕਰੋੜਾਂ ਰੁਪਇਆ ਉੱਤੇ PGI ਚਲਾਤਾ, ਕਰੋੜਾਂ ਰੁਪਇਆ PGI ਚਲਾਤਾ,
ਉਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਾਂ ਦੇ ਹੈ। ਅੱਜ ਜੇ ਗੱਲ ਕਰ ਲਈਏ ਰਜਿੰਦਰਾ ਲੇਕ ਦੀ, ਇਹ ਗੱਲ ਕਰਦੇ ਨੇ ਸ਼ਾਹੀ ਸ਼ਹਿਰ ਦੀ, ਇਹ ਬਾਦਲ ਸਾਹਿਬ ਨੇ ਪੈਸੇ ਲਾਏ ਨੇ ਪਟਿਆਲਾ ਸ਼ਹਿਰ 'ਚ। ਰਜਿੰਦਰਾ ਲੇਕ ਜਿਹੜੀ ਇਹਨਾਂ ਦੇ ਪੁਰਖਾਂ ਦੇ ਨਾਂ 'ਤੇ ਹੈ, ਅਸੀਂ ਪਲਾਨ ਕਰਕੇ ਉਹਦੇ 'ਚ ਪਾਣੀ ਛੱਡ ਕੇ ਕਿਸ਼ਤੀਆਂ ਚਲਾਉਣ ਦਾ ਸਾਰਾ ਪ੍ਰੋਗਰਾਮ ਬਣਾਇਆ। ਜੁਨੇਜਾ ਜੀ ਤੁਸੀਂ ਕਿਸ਼ਤੀਆਂ ਦੀ ਗੱਲ ਕਰਦੇ ਹੋ ਸਰ, ਮੇਰੀ ਗੱਲ ਸੁਣੋਗੇ ਜੁਨੇਜਾ ਜੀ ਜੁਨੇਜਾ ਜੀ ਤੁਸੀਂ ਕਿਸ਼ਤੀਆਂ ਦੀ ਗੱਲ ਤਾਂ ਕਰਤੀ ਸਰ, ਇੱਕ ਮਿੰਟ ਯੋਗੀ ਜੀ ਪਲੀਜ਼ ਸਰ ਇੱਦਾਂ ਤੁਸੀਂ ਦੋਵੇਂ ਇੱਦਾਂ ਬੋਲੋਗੇ ਨਾ ਕਿਸੇ ਨੂੰ ਸਮਝ ਨਹੀਂ ਆਏਗਾ ਸਰ। ਜੀ 80 ਲੱਖ ਰੁਪਇਆ ਲੱਗਿਆ ਅੱਖਾਂ ਤੇ ਚਸ਼ਮਾ ਪਾਓ ਸਰ, ਇੱਕ ਮਿੰਟ ਇੱਧਰ ਦਰਸ਼ਕਾਂ ਤੋਂ ਵੀ ਸਵਾਲ ਪੁੱਛਣਾ ਜੀ ਸਰ, ਤੁਸੀਂ ਕੁਛ ਪੁੱਛਣਾ ਠੀਕ ਜੀ ਇੱਕ ਮਿੰਟ ਸਰ, ਮੈਂ ਇਹ ਸਵਾਲ ਹੈ ਦੋਨਾਂ ਪਾਰਟੀਆਂ ਦੇ, ਅਕਾਲੀ ਦਲ ਦੇ ਕਾਂਗਰਸ ਪਾਰਟੀ ਦੇ, ਇਹ ਆਪਣਾ ਪਾਣੀ ਔਰ ਬਿਜਲੀ ਦਾ ਇਹ ਆਪਸ ਵਿੱਚ ਮਸਲਾ ਉਠਾ ਰਹੇ ਹੈ। ਪੰਜਾਬ ਦੇ ਵਿੱਚ ਨਸ਼ਾ ਇਤਨਾ ਹੈ, ਉੱਧਰ ਇਹਨਾਂ ਦਾ ਕਿਸੇ ਵੱਲ ਧਿਆਨ ਨਹੀਂ ਹੈ। ਪੰਜਾਬ ਦੇ ਬੱਚਿਆਂ ਦਾ ਕੀ ਹਾਲ ਹੈ, ਪੰਜਾਬ ਵਿੱਚ ਕੋਈ ਇੰਡਸਟਰੀ ਨਹੀਂ, ਪੰਜਾਬ ਦੇ ਵਿੱਚ ਬੁਰਾ ਹਾਲ ਨਸ਼ੇ ਦਾ, ਉਹਦੇ ਬਾਰੇ ਤੁਹਾਡਾ ਕੀ ਹਾਲ ਹੈ? ਕੈਪਟਨ ਅਮਰਿੰਦਰ ਸਿੰਘ ਜੀ ਨੇ 4 ਹਫ਼ਤੇ ਦੀ ਸੋਹ ਖਾਧੀ ਸੀਗੀ। ਜੇ ਅਜੇ ਗੱਲ ਕਰਦੇ ਆ ਨਸ਼ੇ ਦੀ, ਨਸ਼ੇ ਦੇ ਹਾਲਾਤ ਕਿਸਨੇ ਪੈਦਾ ਕੀਤੇ? ਠੀਕ ਹੈ ਸਰ, ਇੱਕ ਮਿੰਟ ਬਾਕੀ ਹੋਰ ਸਵਾਲ ਵੀ ਲੈ ਲਈਏ ਸਰ, ਪਲੀਜ਼। ਧੰਨਵਾਦ। ਕਾਂਗਰਸ ਨੇ ਐਮਸੀਡੀ ਦਾ ਤਾਂ ਤੁਸੀਂ 6 ਮਹੀਨਿਆਂ 'ਚ ਯਾਰ ਤਸੱਲੀ ਹੋ ਗਈ, ਆਹ ਤੁਸੀਂ 10 ਸਾਲ ਰਾਜ ਯੋਗੀ ਜੀ ਸਰ ਇਸ ਤਰ੍ਹਾਂ ਨਹੀਂ ਸਰ, ਰਾਜ ਕੀਤਾ ਦੇਖੋ ਕੀ ਹਾਲਾਤ ਬਣਾਇਆ ਸਰ ਉਧਰ ਸਵਾਲ ਕਾਂਗਰਸ ਨੇ ਐਮਸੀ ਦੀਆਂ ਟਿਕਟਾਂ ਸਾਰੇ ਜੁਆਰੀਆਂ ਨੂੰ ਵੰਡੀਆਂ, ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਵੰਡੀਆਂ। ਤੁਹਾਡੇ ਕੋਲ ਪ੍ਰੂਫ ਹੈਗਾ? ਇਲਜ਼ਾਮ ਹੈਗਾ? ਬਿਲਕੁਲ ਸਹੀ ਹੈਗੇ, ਨਹੀਂ ਨਾਮ ਨਹੀਂ, ਪ੍ਰੂਫ ਹੈਗੇ। ਠੀਕ ਹੈ ਤੇ ਨਹੀਂ ਨਾਮ ਨਹੀਂ, ਮੈਂ ਕਹਿ ਰਿਹਾ ਤੁਹਾਡੇ ਕੋਲ ਪ੍ਰੂਫ ਹੈਗਾ ਫਿਰ ਠੀਕ ਹੈ ਸਰ ਇਲਜ਼ਾਮ ਬੜੇ ਸੌਖੇ ਹੈ ਜੀ। ਠੀਕ, ਕਿਸੇ ਉੱਪਰ ਕੋਈ ਵੀ ਕਿੰਤੂ ਕਰ ਦੋ ਜੀ। ਅਕਾਲੀ ਦਲ ਦਾ ਤਾਂ ਵੈਸੇ ਇੱਕ ਮੈਂ ਦੇਖਿਆ ਰੁਤਬਾ, ਇਹਨਾਂ ਨੇ ਹਮੇਸ਼ਾ ਇਹਨਾਂ ਨੇ ਸਿਰਫ ਔਰ ਸਿਰਫ ਇਲਜ਼ਾਮਬਾਜ਼ੀ ਕੀਤੀ ਹੈ ਸਰ ਉਹਨਾਂ ਨੇ ਜੋ ਸਵਾਲ ਪੁੱਛਿਆ ਸੀਗਾ ਉਹਦਾ ਜਵਾਬ ਤਾਂ ਕਿਸੇ ਨੇ ਵੀ ਨਹੀਂ ਦਿੱਤਾ ਹੈਗਾ। ਉਹਨਾਂ ਨੇ ਨਸ਼ਿਆਂ ਦੀ ਮੁਸ਼ਕਲ ਦੀ ਗੱਲ ਕੀਤੀ ਸੀ, ਤੁਹਾਡੇ ਦੋਵਾਂ ਤੋਂ ਸਵਾਲ ਪੁੱਛਿਆ, ਤੁਸੀਂ ਦੋਵੇਂ ਉਸ ਤੇ ਕੀ ਹੋਇਆ 10 ਮਹੀਨੇ ਚ? ਮੈਂ ਪਹਿਲੇ ਠੀਕ ਹੈ, ਮੈਂ ਪਹਿਲੇ ਆਪਣੇ ਵੱਡੇ ਵੀਰ ਨੂੰ ਇੱਕ ਗੱਲ ਪੁੱਛਣੀ ਚਾਹਾਂਗਾ। 10 ਸਾਲ ਤੋਂ ਲਗਾਤਾਰ ਸਰਕਾਰ ਰਹੀ ਹੈ ਅਕਾਲੀ ਦਲ ਭਾਜਪਾ ਦੀ,
ਠੀਕ ਹੈ 2007 ਦੇ ਵਿੱਚ ਜਦੋਂ ਉੱਥੋਂ ਦੀ ਪੰਜਾਬ ਦੇ ਵਿੱਚ ਸਰ ਪਲੀਜ਼ ਉਦੋਂ ਨਸ਼ਾ ਕਿੰਨਾ ਸੀ ਪਿਛਲੇ 10 ਸਾਲਾਂ 'ਚ ਕਿੰਨਾ ਨਸ਼ਾ ਪੈ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਸਰ ਸਭ ਤੋਂ ਪਹਿਲਾਂ ਸਰ ਸਰ ਆਪਣੇ ਏਰੀਏ ਦੀ ਗੱਲ ਕਰੀਏ ਆਪਾਂ ਸਰ ਤੁਸੀਂ ਇੱਕ ਮਿੰਟ ਸਰ ਕੈਪਟਨ ਸਰ ਕੈਪਟਨ ਅਮਰਿੰਦਰ ਸਿੰਘ ਨੇ ਤਾਕਤ 'ਚ ਆਉਂਦੇ ਸਰ ਸਭ ਤੋਂ ਪਹਿਲਾਂ ਐਸਟੀਐਫ ਦਾ ਕੈਪਟਨ ਕੀਤਾ ਬ੍ਰਦਰ ਪਲੀਜ਼ ਬਹਿ ਦਿਓ ਯਾਰ ਇਸ ਤਰ੍ਹਾਂ ਨਾਲ ਤੁਹਾਡੇ ਇਲਾਕੇ ਦੇ ਮੁੱਦੇ ਆ ਤੁਸੀਂ ਰੌਲਾ ਪਾਓਗੇ ਕਿਸੇ ਨੂੰ ਕੀ ਸਮਝ ਆਏਗੀ ਠੀਕ ਹੈ ਤੁਸੀਂ ਆਰਾਮ ਨਾਲ ਇੱਕ ਇੱਕ ਸਰ ਜਵਾਬ ਉਹ ਦੇ ਰਹੇ ਨੇ ਜੋ ਵੀ ਉਹਨਾਂ ਨੇ ਦੇਣਾ ਉਹ ਸਿਆਸਤਦਾਨ ਨੇ ਤੁਹਾਨੂੰ ਪਤਾ ਸਿੱਧਾ ਜਵਾਬ ਮਿਲਦਾ ਕਦੀ ਤੁਸੀਂ ਮਿਲਿਆ ਚਲੋ ਠੀਕ ਹੈ ਦਿਓ ਜੀ ਜਵਾਬ ਹਾਂਜੀ ਮੈਂ ਠੀਕ ਹੈ ਸਰ ਪਹਿਲਾਂ ਇੱਕ ਗੱਲ ਕਹਿਣੀ ਚਾਹਾਂਗਾ ਇੱਕ ਪਰਚਾ ਲਿਆਓ ਉਹਨਾਂ ਦੇ ਖਿਲਾਫ 10,000 ਲੈ ਕੇ ਆਓ 10 ਸਾਲ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਇੱਕ FIR ਦਿਖਾਓ ਵੀ ਫਲਾਣੇ ਕੈਂਡੀਡੇਟ ਦੇ ਖਿਲਾਫ ਵੀ FIR ਠੀਕ ਸਰ ਇੱਕ ਮਿੰਟ ਸਰ ਖੁੱਲਿਆ ਤੁਹਾਡੇ ਸਮੇਂ ਦੇ ਵਿਚਕਾਰ ਸਰ 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 ਲਾਟਰੀ ਚੱਲਦੀ ਆ ਆਰਾਮ ਨਾਲ ਬੈਠੋ ਨਕੇਲ ਪਾਈ ਹੈ ਮੈਂ ਜੇ ਤਾਂ ਜਵਾਬ ਲੈਣਾ ਨਾ ਫਿਰ ਤਾਂ ਜਵਾਬ ਲਓ ਜੇ ਇਦਾਂ ਵਿੱਚ ਕੋਈ ਜਵਾਬ ਦੇਣਾ ਤੁਸੀਂ ਆ ਕੇ ਉੱਠ ਕੇ ਬੋਲਣਾ ਤੇ ਪੈਦਾ ਸਰ ਸਰ ਇੱਕ ਮਿੰਟ ਸਰ ਉਹਨਾਂ ਨੂੰ ਠੀਕ ਹੈ ਯੋਗੀ ਜੀ ਇੱਕ ਮਿੰਟ ਸਰ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਬਲਬੀਰ ਸਿੰਘ ਜੀ ਕਾਫੀ ਦੇਰ ਦੇ ਕੁਝ ਕਹਿਣਾ ਚਾਹ ਮੈਂ ਤੁਹਾਡੇ ਤੋਂ ਜਵਾਬ ਲੈ ਲਾਂਗਾ ਉਹਨਾਂ ਤੋਂ ਵੀ ਲੈ ਲਾਂ ਸਰ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦੇ ਦਈਏ ਦੇਖੋ ਸਰ ਪਲੀਜ਼ ਪਟਿਆਲੇ ਦੇ ਵਿੱਚ ਹਰ ਰੋਜ਼ 250 ਟਨ 2500 ਕੁਇੰਟਲ ਜਿਹੜਾ ਵੇਸਟ ਉਹ ਪੈਦਾ ਹੁੰਦਾ ਜਿਹਦੇ ਚੋਂ 80% ਵੈਟ ਵੇਸਟ ਹੁੰਦਾ ਅਸੀਂ ਉਹਦੇ ਵਿੱਚੋਂ ਬਾਇਓ CNG ਕੱਢ ਕੇ ਲੋਕਾਂ ਨੂੰ ਇਹਨਾਂ ਨੇ ਜਿਹੜਾ ਗੈਸ ਦਾ ਸਿਲੰਡਰ ਉਹ 300 ਤੋਂ 750 ਕਰਤਾ ਅਸੀਂ ਉਹ 300 ਰੁਪਏ ਦੇ ਹਿਸਾਬ ਨਾਲ ਉਹ ਗੈਸ ਦੇਵਾਂਗੇ ਲੋਕਾਂ ਦੇ ਘਰਾਂ 'ਚ ਮੀਟਰ ਲਾਵਾਂਗੇ ਇੱਕ ਡੀਸੈਂਟਰਲਾਈਜ਼ਡ ਮਾਡਲ ਆਫ ਵੇਸਟ ਮੈਨੇਜਮੈਂਟ ਲੈ ਕੇ ਆਵਾਂਗੇ ਇਸੇ ਤਰ੍ਹਾਂ ਜਿਹੜਾ ਲਿਕੁਇਡ ਵੇਸਟ ਹੈ ਠੀਕ ਹੈ ਸਰ ਠੀਕ ਹੈ ਇਹਨਾਂ ਨੂੰ ਇੰਨੀ ਗੱਲ ਦਾ ਪੁੱਛੋ ਵੀ ਇਹ ਪਲਾਂਟ ਕਿਵੇਂ ਚਲਾਣਗੇ ਜੀ ਠੀਕ ਜਿਹੜਾ ਲਿਕੁਇਡ ਸਰ ਇੱਕ ਮਿੰਟ ਬੈਠੋਗੇ ਜੀ ਜਿਹੜਾ ਸਰ ਇਸ ਤਰ੍ਹਾਂ ਬ੍ਰਦਰ ਜਿਹੜਾ ਪਟਿਆਲਾ ਜਿਹੜਾ ਅੱਜ ਸ਼ਹਿਰ ਹੈ ਉਹ ਕਿਸੇ ਵੇਲੇ ਉਹਨੂੰ ਬਾਗਾਂ ਦਾ ਸ਼ਹਿਰ ਕਹਿੰਦੇ ਸੀ ਅੱਜ ਉਹ ਗੰਦੇ ਨਾਲਿਆਂ ਦਾ ਸ਼ਹਿਰ ਹੈ ਅਸੀਂ ਇੱਕ ਮਾਡਰਨ ਸੀਵਰੇਜ ਸਿਸਟਮ ਦੇਵਾਂਗੇ ਔਰ ਉਸ ਪਾਣੀ ਨੂੰ ਟ੍ਰੀਟ ਕਰਕੇ ਵਾਈ ਯੋਗ ਕਰਕੇ ਕਿਸਾਨਾਂ ਨੂੰ ਦੇਵਾਂਗੇ ਦੇਖੋ ਜਿਹੜੀ ਹਰ ਸਮੱਸਿਆ ਦਾ ਹੱਲ ਹੈਗਾ ਅਸੀਂ ਇੱਕ ਵਿਗਿਆਨਿਕ ਸੋਚ ਲੈ ਕੇ ਚੱਲਦੇ ਹਾਂ ਅਸੀਂ ਉਹਦੇ ਵਿੱਚੋਂ ਗੈਸ ਵੀ ਪੈਦਾ ਕਰਾਂਗੇ ਯੋਗੀ ਜੀ ਜੇ ਉਹ ਰੌਲਾ ਪਾਉਂਦੇ ਆ ਤਾਂ ਠੀਕ ਹੈ ਜੇ ਤੁਸੀਂ ਰੌਲਾ ਪਾਉਂਦੇ ਹੋ ਤਾਂ ਬਹੁਤ ਮਾੜੀ ਗੱਲ ਹੈ ਅਸੀਂ ਬਾਇਓ CNG ਉਹਦੇ ਵਿੱਚੋਂ ਅਸੀਂ ਰੁਜ਼ਗਾਰ ਵੀ ਕੱਢਾਂਗੇ ਉਹਦੇ ਵਿੱਚੋਂ ਦੇਸੀ ਖਾਦ ਬਣਾ ਕੇ ਵੀ ਕਿਸਾਨਾਂ ਨੂੰ ਦੇਵਾਂਗੇ ਜਿਹੜੇ ਕੈਮੀਕਲ ਜਿਹੜਾ ਤੁਸੀਂ ਖਾਣਾ ਖਾਂਦੇ ਹੋ ਮੇਰੇ ਭਰਾ ਸਾਰੇ ਜਿਹੜੇ ਤੁਸੀਂ ਰੌਲਾ ਪਾਉਂਦੇ ਹੋ ਇਟ ਇਜ਼ ਏ ਕੋਕਟੇਲ ਆਫ ਪੈਸਟੀਸਾਈਡਸ ਤੁਹਾਨੂੰ ਵੀ ਉਸ ਤੋਂ ਬਚਾਵਾਂਗੇ ਜਿਹੜਾ ਮਰਜ਼ੀ ਬੰਦਾ ਪੁੱਛੋ ਸਰ ਤੁਸੀਂ ਬੈਠੋਗੇ ਪਟਿਆਲੇ ਦੇ ਵਿੱਚ ਇੱਕ ਬਾਇਓਡਾਇਵਰਸਿਟੀ ਪਾਰਕ ਬਣਾਇਆ ਜਾ ਕੇ ਇਨਵਾਇਰਮੈਂਟ ਪਾਰਕ ਦੇਖ ਲਓ ਮਿਲਟਰੀ ਏਰੀਆ ਦਰਸ਼ਕ ਸਵਾਲ ਬਲਬੀਰ ਜੀ ਸਰ ਤੁਸੀਂ ਕੁਐਸਚਨ ਤੁਸੀਂ ਆਪ ਹੀ ਪੁੱਛੀ ਜਾ ਰਹੇ ਹੋ ਤੁਸੀਂ ਉਸ ਤਰ੍ਹਾਂ ਬੋਲ ਰਹੇ ਜਿਵੇਂ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਮਰਜ਼ੀ ਬੋਲ ਦੇਵੇ ਸਰ ਤੁਸੀਂ ਚੁੱਪ ਰਹੋਗੇ ਤਾਂ ਤਦ ਹੀ ਤੁਹਾਡੇ ਕੋਲ ਸਰ ਤੁਹਾਨੂੰ ਮਾਈਕ ਦੀ ਲੋੜ ਹੀ ਨਹੀਂ ਤੁਸੀਂ ਖੁਦ ਹੀ ਬੋਲੀ ਜਾਓ ਨਾ ਤੁਸੀਂ ਖੁਦ ਹੀ ਬੋਲਦੇ ਰਹੋ ਸਰ ਫਾਇਦਾ ਜੀ ਸਰ ਇੱਕ ਮਿੰਟ ਜਿਹੜੇ ਠੀਕ ਹੈ ਸਰ ਠੀਕ ਹੈ ਪਲੀਜ਼ ਜਿਹੜੇ 760
ਜਿਹੜੇ 760 ਕਰੋੜ ਕਹਿੰਦੇ ਆ, 760 ਕਰੋੜ ਤੇ ਅਸੀਂ ਪੂਰੇ ਪੰਜਾਬ ਨੂੰ ਪੀਣ ਵਾਲਾ ਪਾਣੀ ਦੇ ਸਕਦੇ ਆ ਇੰਨੇ ਪੈਸਿਆਂ ਦੀ, ਜਿਹੜਾ ਪੰਜਾਬ ਦੇ ਕੋਲ ਪਾਣੀ ਹੈ। ਠੀਕ ਹੈ ਸਰ, ਠੀਕ ਹੈ, ਮੈਂ ਕੁਝ ਕੁਐਸਚਨ ਲੈ ਲੈਂਦਾ। ਯੋਗੀ ਜੀ, ਯੋਗੀ ਜੀ ਪਲੀਜ਼, ਇਹਨਾਂ ਦਾ ਯੋਗੀ ਜੀ ਤੇ ਬਲਵੀਰ ਜੀ ਉਹਨਾਂ ਦਾ ਸਾਰਾ ਵੀ ਗੱਲ ਸੁਣ ਲਈ ਆ ਜੀ ਸਰ, ਤੁਹਾਡੇ ਲੋਕ ਤੁਹਾਡੇ ਲੋਕਾਂ ਦੀ ਵੀ ਗੱਲ ਸੁਣ ਲਈ ਸਰ, ਤੁਹਾਡੇ ਲੋਕਾਂ ਦੀ ਵੀ ਗੱਲ ਸੁਣੀ ਜੀ। ਮੈਂ ਪਹਿਲਾਂ ਤਾਂ ਬੜੀ ਹੰਬਲੀ ਰਿਕੁਐਸਟ ਵੀ ਹੈ ਮੇਰੇ ਭਰਾ ਨੂੰ, ਸਾਰੇ ਸਾਡੇ ਭਰਾ ਨੂੰ, ਤੇ ਮੈਂ ਇੱਕ ਯੋਗੀ ਜੀ ਤੁਹਾਡੇ ਤੋਂ ਕੁਐਸਚਨ ਕਰਦਾ। ਤੁਸੀਂ ਕਹਿੰਦੇ ਹੋ ਕਿ ਸਾਡੇ ਵਾਰਡ 'ਚ ਕੁਛ ਨਹੀਂ ਲੱਗਿਆ, ਕਿਤੇ ਕੋਈ ਨਾਕਾਮੀ ਹੋਣੀ ਜ਼ਰੂਰ ਮੰਨਦੇ ਹਾਂ, ਪਰ ਮਹਾਰਾਣੀ ਪਰਨੀਤ ਕੌਰ ਜੀ 15 ਸਾਲ ਬਤੌਰ MP ਵੀ ਰਹੇ, 505 ਕਰੋੜ ਦੇ ਉੱਪਰ ਪੈਸੇ ਜਿਹੜੇ ਉਹਨਾਂ ਦੇ MP ਲੈਡ ਫੰਡ ਆਉਂਦਾ ਸੀਗਾ। ਤੁਸੀਂ ਉਹਨਾਂ ਦੇ ਬਹੁਤ ਅਜ਼ੀਜ਼ ਹੋ, ਬਹੁਤ ਕਲੋਜ਼ ਹੋ, ਬਹੁਤ ਨੇੜੇ ਹੋ, ਕੀ ਉਸ ਫੰਡ 'ਚੋਂ ਆਪਣੇ ਵਾਰਡ ਜਿੱਥੋਂ ਤੁਸੀਂ ਲੜ ਰਹੇ ਹੋ ਕੀ ਕਿੰਨੇ ਪੈਸੇ ਲਵਾ ਸਕੇ ਹੋ, ਉਸ ਚੀਜ਼ ਦਾ ਵੇਰਵਾ ਪਲੀਜ਼ ਆਪਣੇ ਦਿਓ। ਇੱਕ ਮੈਂ ਹੋਰ ਕੁਐਸਚਨ ਕਰਦਾ, ਆਪਣੇ ਲੈਂਡ ਫੰਡ 'ਚੋਂ ਤੁਸੀਂ ਦੂਜੀ ਸਰਕਾਰ ਵੱਲ ਨਾ ਕਰਿਓ, ਆਪਣਾ ਆਪਣਾ ਫੰਡ ਵੀ ਹੁੰਦਾ ਮਹਾਰਾਣੀ ਪਰਨੀਤ ਕੌਰ ਜੀ ਦਾ, ਉਸ ਫੰਡ 'ਚੋਂ ਕਿੰਨੇ ਪੈਸੇ ਲਵਾਏ ਪਟਿਆਲੇ ਦੇ? ਮੈਂ ਤੁਹਾਡੇ ਮਹਾਰਾਣੀ ਕਿੱਥੇ ਦੇ ਰਹੇ ਹੋ? MP ਤਾਂ ਰਹੇ ਆ, ਮਹਾਰਾਣੀ ਕਹਿਣਾ ਬੰਦ ਕਰੋ, ਸ਼੍ਰੀਮਤੀ ਪਰਨੀਤ ਕੌਰ ਕਹੋ। ਚਲੋ ਸਰ, ਸਾਡੇ ਆਪਣੀ ਸਾਡੀ ਆਪਣੀ ਇੱਕ ਹੈਗੀ ਆ ਜੀ, ਪਟਿਆਲੇ ਵਾਲੇ ਮਹਾਰਾਜ ਤੇ ਮਹਾਰਾਣੀ ਕਰਕੇ ਤਾਂ ਵੋਟਾਂ ਪਾਉਂਦੇ ਹੋਏ ਆ, ਯੋਗੀ ਜੀ, ਯੋਗੀ ਜੀ ਪਲੀਜ਼, ਯੋਗੀ ਜੀ ਉਹ ਠੀਕ ਹੈ ਸਰ, ਸਰ ਇਸ ਤਰ੍ਹਾਂ ਨਾ ਬੋਲੋ ਪਲੀਜ਼, ਇਹ ਕੋਈ ਸ਼ਬਦ ਬੋਲਿਆ ਜੀ ਜੀ। ਚਲੋ ਠੀਕ ਹੈ ਸਰ, ਠੀਕ ਹੈ ਸਰ, ਆਪਾਂ ਕਾਈਂਡਲੀ ਆਪਾਂ ਨਾ, ਮੈਂ ਸਾਰਿਆਂ ਨੂੰ ਸਟਾਰਟਿੰਗ ਸਰ ਮੈਂ ਸਾਰਿਆਂ ਨੂੰ ਸਟਾਰਟਿੰਗ ਦੇ ਵਿੱਚ ਸਰ ਸਾਰਿਆਂ ਨੂੰ ਸਟਾਰਟਿੰਗ ਦੇ ਵਿੱਚ ਇਹੀ ਬੇਨਤੀ ਕੀਤੀ ਸੀ, ਆਪਾਂ ਆਪਣੀ ਲੈਂਗੁਏਜ ਤੇ ਥੋੜਾ ਕੰਟਰੋਲ ਰੱਖੀਏ, ਠੀਕ ਹੈ, ਇਲਜ਼ਾਮਬਾਜ਼ੀਆਂ ਨੇ, ਠੀਕ ਹੈ ਸਰ, ਸਰ ਮੇਰੀ ਮੈਂ ਸਾਰਿਆਂ ਨੂੰ ਇਹੀ ਬਲਵੀਰ ਜੀ ਪਲੀਜ਼ ਸਰ, ਸਰ ਆਪਾਂ ਉਹਨਾਂ ਦੇ ਇਸ਼ੂ ਦਾ ਜਵਾਬ ਸਰ ਤੁਸੀਂ ਉਹਨਾਂ ਦਾ ਜਵਾਬ ਦੇ ਦਿਓ ਸਰ, ਉਹਨਾਂ ਦਾ ਜਿੰਨਾ ਹੈਗਾ ਉਹਨੇ ਤਾਂ ਪੁੱਛ ਲਿਆ ਨਾ ਸਰ, ਠੀਕ ਹੈ ਯੋਗੀ ਜੀ ਇਸ ਦਾ ਜਵਾਬ ਦੇ ਦਿਓ ਜੋ ਇਹ ਪੁੱਛ ਰਹੇ ਸਨ। ਇੱਕ ਕੁਐਸਚਨ ਤਾਂ ਇਹੀ ਸੀ MP ਲੈਂਡ ਫੰਡ ਦਾ ਜਵਾਬ ਦੇਣਾ ਭਾਜੀ, ਸਭ ਤੋਂ ਪਹਿਲਾਂ ਇਹ ਜਵਾਬ, ਉਸ ਤੋਂ ਬਾਅਦ ਇੱਕ ਹੈ, ਸਾਡੇ ਪਿਛਲੇ ਸਰਕਾਰ 'ਚ ਮੈਂ ਬਤੌਰ MC ਰਿਹਾ, ਮੇਰੇ ਆਪਣੇ ਵਾਰਡ ਨੇੜੇ ਤੇੜੇ ਦੇ ਹੋਰ ਵਾਰਡਾਂ 'ਚ ਜਿਹੜੇ ਟਿਊਬਵੈੱਲ ਲੱਗੇ ਨੇ 20-20 ਲੱਖ ਰੁਪਏ ਦੀ ਨਾਲ ਟਿਊਬਵੈੱਲ ਲੱਗੇ ਨੂੰ 1 ਸਾਲ ਤੋਂ ਉੱਪਰ ਹੋ ਚੁੱਕਿਆ ਜਦ ਦੀ ਸਰਕਾਰ ਆਈ ਹੈ, ਉਹਦੇ ਲਈ 35,000 ਤੋਂ 40,000 ਰੁਪਏ ਦਾ ਇੱਕ ਕਨੈਕਸ਼ਨ ਲੈਣ ਵਾਸਤੇ ਅਪਲਾਈ ਹੈ, ਹੁਣ ਤੱਕ ਉਹ ਅਪਲਾਈ ਵੀ ਨਹੀਂ ਹੋਏ ਔਰ ਕਨੈਕਸ਼ਨ ਵੀ ਮਿਲੇ। ਪਾਣੀ ਦੀ ਸਮੱਸਿਆ ਕਹਿੰਦੇ ਹੋ, ਸਾਰੀ ਪਾਣੀ ਦੀ ਸਮੱਸਿਆ ਸੋਚ ਕੇ ਦੇਖ ਕੇ ਵਿਚਾਰ ਕੇ ਟਿਊਬਵੈੱਲ ਲੱਗੇ ਹੋਏ ਨੇ, ਉਹਦਾ ਕੋਈ ਉਹਦੇ ਹਾਲੇ ਤੱਕ ਕਨੈਕਸ਼ਨ ਕਿਉਂ ਨਹੀਂ ਹੋਏ ਇਹਦਾ ਜਵਾਬ ਦੇ ਦਿਓ ਭਾਈ। ਪਾਣੀ ਤਾਂ ਸਾਡੇ ਕੋਲ ਫ੍ਰੀ ਆ, ਟਿਊਬਵੈੱਲ ਲਾਈ ਜਾਂਦੇ ਹੋ, ਉਹ ਪਾਣੀ ਪੀਣ ਦੇ ਕਾਬਲ ਨਹੀਂ ਆ, ਫਲੋਰੇਸਾ ਦਾ ਉਹਦੇ ਉਹ ਪੀਣ ਦੇ ਕਾਬਲ ਨਹੀਂ ਆ, ਠੀਕ ਹੈ ਯੋਗੀ ਜੀ ਜਵਾਬ ਦੇ ਦਿਓ, ਜਵਾਬ ਲੈ ਲਓ, ਕਨੈਕਸ਼ਨ ਨਵੇਂ ਟਿਊਬਵੈੱਲ ਨੂੰ ਪਹਿਲਾਂ ਦਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹਾਂਗਾ। ਦੇਖੋ, ਇੱਕ ਮਾਂ-ਬਾਪ ਦੇ ਦਿੱਤੇ ਨਾ ਸਾਨੂੰ ਸੰਸਕਾਰ ਹੁੰਦੇ ਆ, ਕੱਲੇ ਮੇਰੇ ਲਈ ਨਹੀਂ, ਸਾਡੇ ਪਟਿਆਲਵੀਆਂ ਲਈ, ਮਾਂ-ਬਾਪ ਦੇ ਸੰਸਕਾਰ, ਅੰਗਰੇਜ਼ਾਂ ਦੇ ਸੰਸਕਾਰ ਕਿਉਂ ਫੋਲੋ ਕਰਦੇ ਹੋ? ਅੰਗਰੇਜ਼ਾਂ ਦੇ ਸੰਸਕਾਰ ਛੱਡੋ, ਅੰਗਰੇਜ਼ਾਂ ਵੱਲ ਦੇ ਸੰਸਕਾਰ ਛੱਡੋ, ਅੰਗਰੇਜ਼ਾਂ ਦੇ ਸੰਸਕਾਰ ਛੱਡੋ, ਅੰਗਰੇਜ਼ਾਂ ਵੱਲ ਦੇ ਸੰਸਕਾਰ। ਚਲੋ ਠੀਕ ਹੈ ਸਰ, ਆਪਾਂ ਮੁੱਦੇ ਦੀ ਗੱਲ ਕਰੀਏ, ਪਲੀਜ਼ ਜੋ ਉਹਨਾਂ ਨੇ ਪੁੱਛਿਆ ਉਸ ਦਾ ਜਵਾਬ ਦੇ ਦਿਓ ਪਲੀਜ਼। ਜਿਹੜੇ ਸਾਡੇ ਕੌਂਸਲਰ ਸਾਹਿਬ ਰਹੇ, ਮੈਂ ਉਹਨਾਂ ਦਾ ਜਵਾਬ ਦੇਣਾ। MP ਫੰਡ ਦੇ ਵਿੱਚੋਂ
ਮੇਰੇ ਵਾਰਡ ਦੀ ਸੜਕ ਬਣੀ ਜੀ। ਮੈਂ ਕਈ ਵਾਰੀ ਉੱਥੇ ਦੇ ਮੌਜੂਦਾ ਕੌਂਸਲਰ ਸਾਬਕਾ ਮੇਅਰ ਨੂੰ ਕਈ ਵਾਰੀ ਬੇਨਤੀ ਕੀਤੀ, ਸੜਕ ਟੁੱਟੀ ਹੋਈ ਸੀ, ਇਹਨਾਂ ਨੇ ਬਿਲਕੁਲ ਨਹੀਂ ਉਹ ਸੜਕ ਬਣਾਈ। ਸਾਢੇ ਤਿੰਨ ਲੱਖ ਰੁਪਈਆ ਮਾਦਾਨੀ ਸਾਹਿਬ ਨੇ ਆਪਣੇ ਫੰਡ ਲਿਆਓ, ਸਬੂਤ ਦਿਓ ਪ੍ਰੂਫ ਲਿਆਓ। ਠੀਕ ਹੈ ਸਰ, ਆਗੇ ਜਾ ਕੇ ਖੜਿਆ ਕਰੋ, ਮਿਲ ਜਾਣਾ ਮਹਾਰਾਣੀ ਪਰਨੀਤ ਕੌਰ ਮਹਾਰਾਣੀ ਪਰਨੀਤ ਕੌਰ ਸੈਂਟਰ ਦੇ ਵਿੱਚ ਵਜ਼ੀਰ ਸੀਗੇ 15 ਸਾਲਾਂ ਸੈਂਟਰ ਬਣਿਆ, DCW ਵਾਲਾ ਪੁੱਲ ਬਣਿਆ, ਹੁਣ ਸਾਡੀ ਸਰਕਾਰ ਆਈ ਹੈ, ਤੁਹਾਨੂੰ ਉਹ ਸਰ ਤੁਹਾਨੂੰ ਠੀਕ ਹੈ ਸਰ ਸਰ ਉਹਨਾਂ ਨੂੰ ਜਵਾਬ ਦੇ, ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖਣਗੇ। ਸਰ ਚਲੋ ਠੀਕ ਹੈ ਸਰ ਬੈਠ ਜਾਓ, ਚਲੋ ਠੀਕ ਸਰ। ਯੋਗੀ ਜੀ ਪਲੀਜ਼ ਸਰ, ਮੈਂ ਹੋਰ ਸਵਾਲ ਲੈ ਲਾਂ, ਇੱਕ ਮਿੰਟ ਸਰ। ਯੋਗੀ ਜੀ ਪਲੀਜ਼ ਸਰ, ਤੁਸੀਂ ਨਾ ਰਿਸਪੋਂਡ ਕਰੋ। ਮੇਰੇ ਵੱਲੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਜੋਗੀ ਜੀ ਨੂੰ ਇਹ ਪੁੱਛਣਾ ਚਾਹੂੰਗੀ, ਕਿਉਂਕਿ ਆਪਾਂ ਦੋ ਘੰਟਾ ਡੇਢ ਹੋ ਗਿਆ ਆਪਾਂ ਨੂੰ ਉਰੇ ਦੂਸ਼ਣਬਾਜ਼ੀ ਦੇ ਵਿੱਚ। ਮੇਰਾ ਇੱਕੋ ਕੁਐਸਚਨ ਹੈ ਕਿ ਚਲੋ ਪਿਛਲੀ ਸਰਕਾਰ ਤੁਸੀਂ ਕਹਿੰਦੇ ਵੀ ਅਕਾਲੀ ਸਰਕਾਰ ਨੇ ਕੁਛ ਨਹੀਂ ਕੀਤਾ, ਜਾਂ ਆਮ ਆਦਮੀ ਪਾਰਟੀ ਦਾ ਤਾਂ ਚਲੋ ਹਜੇ ਵਿਚਾਰਿਆਂ ਦਾ ਖਾਤਾ ਹੀ ਨਹੀਂ ਖੁੱਲਿਆ, ਇਹਨਾਂ ਨੂੰ ਤਾਂ ਆਪਾਂ ਬਹੁਤੀ ਬਹਿਸ ਦੀ ਲੋੜ ਵੀ ਹੈ ਨਹੀਂ। ਤੁਹਾਡੇ ਲਈ ਮੇਰਾ ਕੁਐਸਚਨ ਇਹ ਹੈ ਕਿ 9 ਮਹੀਨੇ ਸਰਕਾਰ ਦੇ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਜਾਂ ਹੋਰ ਕੁਛ, ਆਪਾਂ ਪਿਛਲੀਆਂ ਜਿਹੜੀਆਂ ਲਕੀਰਾਂ ਉਹਨੂੰ ਮਿਟਾਉਣ ਦੀ ਬਜਾਏ ਤੁਸੀਂ ਮੈਨੂੰ ਇੱਕ ਕੁਐਸਚਨ ਦਾ ਜਵਾਬ ਦਿਓ ਵੀ ਉਹ ਵਾਅਦਿਆਂ ਦੇ ਵਿੱਚੋਂ ਤੁਸੀਂ ਇੱਕ ਵੀ ਜਿਹੜਾ ਵਾਅਦਾ ਜਿਹੜੇ ਪਬਲਿਕ ਦੇ ਨਾਲ ਕੀਤਾ ਸੀਗਾ ਉਹ, ਮਤਲਬ ਸਮਾਰਟਫੋਨ ਜੋ ਵੀ ਹੈ ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਦੂਜੀ ਗੱਲ ਆ, ਤੁਸੀਂ ਇਸ ਹਰ ਗੱਲ 'ਤੇ ਤੁਸੀਂ ਇਹ ਜਵਾਬ ਦਿੰਦੇ ਜੀ ਖਜ਼ਾਨੇ 'ਚ ਪੈਸੇ ਹੈ ਨਹੀਂ। ਪਹਿਲੀ ਗੱਲ ਤਾਂ ਜਦੋਂ ਇਲੈਕਸ਼ਨ ਲੜਨੀ ਸੀ ਉਦੋਂ ਪਹਿਲਾਂ ਖਜ਼ਾਨਾ ਚੈੱਕ ਕਰਨਾ ਸੀ, ਤਾਂ ਲੋਕਾਂ ਦਾ ਆਪਾਂ ਵਾਅਦਾ ਕਰਦੇ, ਠੀਕ ਹੈ ਨਾ? ਗੱਲ ਕਰੋ ਹੁਣ ਇਹਦਾ ਇੱਕ ਮਿੰਟ, ਇਹਦਾ ਇਹ ਠੋਸ ਜਵਾਬ ਨਹੀਂ ਗਾ ਕਿ ਆਪਾਂ ਹਰ ਇੱਕ ਬੰਦੇ ਨੂੰ ਕਹੀ ਜਾਈਏ ਖਜ਼ਾਨਾ ਖਾਲੀ ਹੈ ਜੀ। ਸਾਨੂੰ ਇਹ ਚੀਜ਼ ਦਾ ਜਵਾਬ ਦਿਓ। ਇੱਕ ਆਪਣੇ ਇੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਰਜਿੰਦਰਾ ਲੇਖ ਦਾ ਜਿਹੜਾ ਉਹ ਕੰਮ ਸ਼ੁਰੂ ਕੀਤਾ ਸੀ ਉਹਦੀ ਸਟੇ ਕੌਣ ਲੈ ਕੇ ਆਇਆ ਸੀ, ਜਾਂ ਜਿਹੜੇ ਤੁਹਾਡੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਕਦ ਤੱਕ ਪੂਰੇ ਕਰੋਗੇ? ਠੀਕ ਹੈ ਸਰ, ਜਵਾਬ ਲੈਣਾ ਕਰੋ। ਆਪਾਂ ਤੇ ਮਸਕਰੇ ਨਹੀਂ ਇਕੱਠੇ ਹੋਏ ਸਰ, ਜਦੋਂ ਤੁਸੀਂ ਗੱਲ ਕਰੋਗੇ ਨਾ, ਮੇਰਾ ਵਾਰਡ ਮੇਰਾ ਪਰਿਵਾਰ ਹੈ, ਸਭ ਤੋਂ ਪਹਿਲੇ ਮੈਂ ਉਸਨੂੰ ਚੀਜ਼ ਸੁਣਾਂਗਾ, ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ, ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ। ਪਹਿਲੇ ਮੈਂ ਗੱਲ ਕੀਤੀ ਹੈ ਤੁਹਾਨੂੰ, ਉਹ ਜਿਹੜੇ ਮੇਰੇ ਅੱਖਾਂ ਸਾਹਮਣੇ ਹੈ। ਠੀਕ ਹੈ ਯੋਗੀ ਜੀ, ਜਵਾਬ ਦੇ ਦਿਓ ਜੋ ਪੁੱਛ ਰਹੇ ਸਨ। ਜੀ ਨੇ ਸਵਾਲ ਕੀਤਾ ਕਿ ਕੈਪਟਨ ਸਾਹਿਬ ਨੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਜੀ, ਹਜੇ ਤਾਂ 8 ਸਾਢੇ 8 ਮਹੀਨੇ ਬੀਤੇ ਹੈ। ਦਰਸ਼ਨ ਨੇ ਜਿਹੜੇ ਦਰਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਨੇ,
ਉਹਦਾ ਫਰੀ ਚ ਦੇ ਦੇ ਜਵਾਬ ਬਣਨੇ ਸੁਣਨੇ ਸਰ ਜਵਾਬ ਤਾਂ ਸੁਣ ਲਈਏ ਬੋਲੋ ਪਲੀਜ਼ ਪਲੀਜ਼ ਇੱਕ ਮਿੰਟ ਮੈਮ ਉਹਨਾਂ ਦੀ ਗੱਲ ਸੁਣ ਲਓ ਮੈਡਮ ਪਲੀਜ਼ ਉਹਨਾਂ ਦੀ ਗੱਲ ਤਾਂ ਸੁਣ ਲਓ ਮੈਡਮ ਉਹਨਾਂ ਦਾ ਜਵਾਬ ਸੁਣ ਲਓ ਜਵਾਬ ਜਵਾਬ ਯੋਗੀ ਜੀ ਸਰ ਜਵਾਬ ਦੇ ਦਿਓ ਤੁਸੀਂ ਰਿਸਪੋਂਡ ਨਾ ਕਰਿਓ ਤੁਸੀਂ ਜਵਾਬ ਦਿਓ ਬਿਲਕੁਲ ਜੀ ਜੀ ਕੈਪਟਨ ਸਾਹਿਬ ਨੇ ਜੋ ਵਾਅਦੇ ਮੈਨੀਫੈਸਟੋ 'ਚ ਕੀਤੇ ਅੱਜ 8-9 ਮਹੀਨੇ ਸਿਰਫ ਹੋਏ ਆ ਸਰਕਾਰ ਨੂੰ ਜੀ ਸਵਾ 4 ਸਾਲ ਬਾਕੀ ਹੈ ਤੇ ਸਰ ਉਹ ਸਵਾ 4 ਸਾਲ ਇੰਤਜ਼ਾਰ ਕਰਨ ਲੋਕ ਮੇਰੀ ਬੇਨਤੀ ਸੁਣੋ ਸਰ ਜਦੋਂ ਆਪਾਂ ਗੱਲ ਕੀਤੀ ਸੀ ਮੈਂ ਮੇਰੀ ਵੀ ਗੱਲ ਸੁਣ ਲਓ ਨਾ ਸਰ ਠੀਕ ਹੈ ਸਰ ਠੀਕ ਜੀ ਜੀ ਜਿਹੜਾ ਨਸ਼ਾ ਤੁਹਾਡੇ ਸਰ ਇੱਕ ਮਿੰਟ ਉਹ ਵੀ ਬੰਦ ਕਰਾਇਆ ਠੀਕ ਹੈ ਜਿਹੜੀ ਗੁੰਡਾਗਰਦੀ ਤੁਹਾਡੇ ਥਰੂ ਹੁੰਦੀ ਸੀ ਉਹ ਵੀ ਬੰਦ ਕਰਾਈ ਹੈ ਠੀਕ ਹੈ ਠੀਕ ਸੁਣੋ ਜੀ ਜੀ ਗੱਲ ਨੂੰ ਸੁਣਨਾ ਸਿੱਖੋ ਡਿਬੇਟ ਹੈ ਇੱਥੇ ਮਸਲੇ ਨਾ ਬਣਾਓ ਸਰ ਸਰ ਇੱਕ ਇੱਕ ਕਰਕੇ ਸਰ ਸਰ ਜਾਂਦਾ ਤੁਸੀਂ ਬੋਲੋ ਸਰ ਸਰ ਪਲੀਜ਼ ਪਹਿਲਾਂ ਜਵਾਬ ਦੇਣ ਦਿਓ ਹੈਲੋ ਪਹਿਲੇ ਬ੍ਰਦਰ ਦਾ ਜਵਾਬ ਦੇਣ ਦਿਓ ਹੈਲੋ ਪਹਿਲੇ ਬ੍ਰਦਰ ਸਵਾਲ ਦਾ ਜਵਾਬ ਦੇਣ ਦਿਓ ਭਾਈ ਉਹਨਾਂ ਨੂੰ ਜਵਾਬ ਦੇ ਲੈਣ ਦਿਓ ਜੀ ਇਹਨਾਂ ਨੇ ਪਹਿਲੇ ਇੱਕ ਸਵਾਲ ਹੋਣਾ ਦਿਓ ਜੀ ਜੀ ਕੀ ਪਹਿਲਾਂ ਸਰ ਇਸ ਤਰ੍ਹਾਂ ਤੁਸੀਂ ਪੁੱਛੀ ਜਾਓਗੇ ਸਾਰੇ ਉਹਨਾਂ ਨੂੰ ਵੀ ਜਵਾਬ ਦੇਣਾ ਪਹਿਲੇ ਇੱਕ ਸਵਾਲ ਦਾ ਜਵਾਬ ਜੀ ਜੀ ਪਹਿਲੇ ਇੱਕ ਸਵਾਲ ਦਾ ਜਵਾਬ ਲਓ ਆਕੜੀ ਸਾਹਿਬ ਫਿਰ ਦੂਜੇ ਸਵਾਲ ਦਾ ਵੀ ਜਵਾਬ ਦਾਂਗੇ ਜੀ ਜੀ ਪਹਿਲੇ ਇੱਕ ਸਵਾਲ ਦਾ ਜਵਾਬ ਲਓ ਇਹ ਕੋਈ ਇਹ ਬਿਹੇਵੀਅਰ ਅੱਛਾ ਨਹੀਂ ਹੈ ਤੁਹਾਡਾ ਪਹਿਲੇ ਜਵਾਬ ਸੁਣੋ ਜੀ ਸਰ ਉਹਨਾਂ ਦਾ ਜਵਾਬ ਤਾਂ ਸੁਣ ਲਿਆ ਨਾ ਜੀ 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 ਹਾਂਜੀ 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 ਗੁਟਕਾ ਸਾਹਿਬ ਜਪਜੀ ਸਾਹਿਬ ਦਾ ਹੱਥ 'ਚ ਰੱਖ ਕੇ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਬੰਦ ਕਰ ਦੂੰ ਪੰਜਾਬ ਦਾ 9 ਮਹੀਨੇ ਹੋ ਗਏ ਭਰਾਵਾ ਇਹਦਾ ਜਵਾਬ ਤਾਂ ਦੇ ਦਿਓ ਯਾਰ ਸੁਣੋਗੇ ਜਵਾਬ ਠੀਕ ਹੈ ਸਰ ਵਿੱਚ ਕੋਈ ਬੰਦਾ ਬੋਲੀਓ ਨਾ ਵਿੱਚ ਬੰਦਾ ਬੋਲਣਾ ਨਾ ਕੋਈ ਸਰ ਉਹ ਜਨਾਬ ਜਵਾਬ ਜਵਾਬ ਤਾਂ ਲਓ ਉਹਨਾਂ ਦਾ ਪਹਿਲੇ ਸੁਣਨ ਯੋਗੀ ਜੀ ਤਿਆਰ ਹੈ ਠੀਕ ਹੈ ਨਹੀਂ ਸਰ ਹੱਥ ਬਿਲਕੁਲ ਠੀਕ ਗੱਲ ਹੈ ਸਹੁੰ ਚੱਕੀ ਹੈ ਪੂਰੀ ਕੀਤੀ ਹੈ ਗੁਰਪ੍ਰੀਤ ਜੀ ਨਸ਼ੇ ਦੇ ਬੰਦੀ ਲਈ ਸਾਡਾ ਤੁਹਾਡੇ ਵਾਲਾ ਕੰਮ ਨੀ ਹੈ ਕਿ ਬੰਦਾ ਫੜੋ ਵਿੱਚ ਬੰਦਾ ਫੜਦਾ ਫੜ ਕੇ ਉਸਦਾ ਪਰਚਾ ਦੇ ਦੋ ਕਿਉਂ ਕਿਉਂਕਿ ਕਾਂਗਰਸੀ ਹੈ ਰਾਜਾ ਭਈਆ ਕੋਲੋਂ ਕੰਮ ਨਹੀਂ ਹੈ ਰਾਜਾ ਭਈਆ ਹਿੰਦੁਸਤਾਨ ਦਾ ਗੈਂਗਸਟਰ ਫਰੀਦਕੋਟ ਦੇ ਐਮਐਲਏ ਦੇ ਨਾਲ ਖੜਾ ਹੈ ਮੁਕਤੀ ਕੇਂਦਰ ਫਰੀਦਕੋਟ ਦੇ ਐਮਐਲਏ ਦੇ ਨਾਲ ਖੜਾ ਹੈ ਰਾਜਾ ਭਈਆ ਗੈਂਗਸਟਰ ਠੀਕ ਹੈ ਸਰ ਇੱਕ ਮਿੰਟ ਸਰ ਰਾਜਾ ਭਈਆ ਇਹ ਗੱਲ ਕਰਦਾ ਹੈ ਇੱਕ ਮਿੰਟ ਸਰ ਪਲੀਜ਼ ਸਰ ਸਰ ਇੱਕ ਮਿੰਟ ਸਰ ਪਲੀਜ਼ ਮੈਂ ਤੁਹਾਡੇ ਕੋਲ ਪੁੱਛਾਂਗਾ ਪਲੀਜ਼ ਬੈਠੋ ਤੁਸੀਂ ਜੇ ਰਾਜਾ ਭਈਆ ਗੈਂਗਸਟਰ ਉਹਨੇ ਤਲਾਬ 'ਚ ਮਗਰਮੱਛ ਰੱਖੇ ਹੋਏ ਸੀਗੇ ਠੀਕ ਹੈ ਸਰ ਤੁਸੀਂ ਬੈਠੋਗੇ ਠੀਕ ਆ ਠੀਕ ਸਰ ਨਸ਼ੇ ਦੇ ਸਰ ਪਲੀਜ਼
ਸਰ ਪਲੀਜ਼ ਤੁਸੀਂ ਬੈਠੋਗੇ ਤਦੇ ਕੁਛ ਹੋਏ ਸਰ 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 ਇੱਕ ਸਰ ਡਿਵੈਲਪਮੈਂਟ ਦੀ ਗੱਲ ਤਾਂ ਤੁਸੀਂ ਕੋਈ ਵੀ ਨਹੀਂ ਸਰ ਡਿਵੈਲਪਮੈਂਟ ਦੀ ਗੱਲ ਨਾ ਲੋਕੀ ਪੁੱਛ ਰਹੇ ਨੇ ਨਾ ਤੁਸੀਂ ਕੁਝ ਦੱਸ ਰਹੇ ਹੋ ਸਰ ਅੱਜ ਸਰਕਾਰ ਹੈ ਕਿਉਂ ਨਹੀਂ ਕਰਾਉਂਦੇ ਸਰ 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 ਇੱਕ ਮਿੰਟ ਸਰ ਇੱਕ ਮਿੰਟ ਸਰ ਪਲੀਜ਼ ਜੀ ਕੈਪਟਨ ਸਾਹਿਬ ਨੇ ਇਹੀ ਗੱਲ ਕਹੀ ਸਰ ਇੱਕ ਮਿੰਟ ਯੋਗੀ ਜੀ ਪਲੀਜ਼ ਸਰ ਪਲੀਜ਼ ਸਰ ਜੁਨੇਜਾ ਜੀ ਜੁਨੇਜਾ ਜੀ ਸਰ ਪਲੀਜ਼ ਸਰ ਸਰ ਇੱਕ ਮਿੰਟ ਸਰ ਸਰ ਦੱਸੋ ਇਹਨਾਂ ਨੂੰ ਸ਼ਹਿਰ ਸਰ ਇੱਕ ਮਿੰਟ ਦੱਸੋ ਇਹਨਾਂ ਨੂੰ ਸ਼ਹਿਰ ਦੀ ਡਿਵੈਲਪਮੈਂਟ ਦਾ ਅਰੇ ਯੋਗੀ ਜੀ ਪਲੀਜ਼ ਸਰ ਇੱਕ ਮਿੰਟ ਸਰ ਆਪਾਂ ਆਪਾਂ ਇਲਾਕੇ ਦੇ ਡਿਵੈਲਪਮੈਂਟ ਦੀ ਗੱਲ ਕਰੀਏ ਤੁਸੀਂ ਪਤਾ ਨਹੀਂ ਕਿੱਥੇ ਲਈ ਜਾਂਦੇ ਹੋ ਤੁਹਾਡੇ ਇਸ਼ੂਜ਼ ਕੋਈ ਸੁਣਦਾ ਹੀ ਨਹੀਂ ਠੀਕ ਹੈ ਇੱਕ ਆਪਾਂ ਇਹ ਦੂਸ਼ਣ ਬਾਜੀ ਤੋਂ ਹਟ ਕੇ ਡਿਵੈਲਪਮੈਂਟ ਦੇ ਕੁਸ਼ਚਨ ਪੁੱਛੀਏ ਮੇਰਾ ਕੁਸ਼ਚਨ ਜਿਹੜਾ ਹੈਗਾ ਉਹ ਜਨੇਜਾ ਜੀ ਤੱਕ ਹੈ ਸਾਡੇ ਛੋਟੇ ਭਰਾ ਨੇ ਜਨੇਜਾ ਜੀ ਸਿਰਫ ਇਤਨੀ ਬੇਨਤੀ ਹੈ ਕਿ ਅੱਜ ਤੋਂ 12-13 ਸਾਲ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਮੱਛੀ ਮਾਰਕੀਟ ਦਾ ਉਦਘਾਟਨ ਕੈਪਟਨ ਸਾਹਿਬ ਨੇ ਐਨੀਮਲ ਹਸਬੈਂਡਰੀ ਦੇ ਦਫ਼ਤਰ ਦੇ ਵਿੱਚ ਕੀਤਾ ਸੀ ਉਹ ਉੱਥੇ ਦਫ਼ਤਰ ਸਰਕਾਰ ਆਉਣ 'ਤੇ ਜੋ ਅਕਾਲੀ ਸਰਕਾਰ ਆਈ ਸ਼ਿਫਟ ਨਹੀਂ ਹੋਇਆ ਪਰੰਤੂ ਅਕਾਲੀ ਦਲ ਦੇ ਹੀ MC ਮਿੰਟਾ ਵੀਰ ਜੀ ਸਾਡੇ ਉਹ ਜਿਹੜੀਆਂ ਦੁਕਾਨਾਂ ਸੀ ਫੈਕਟਰੀ ਏਰੀਏ ਦੇ ਕੋਲ ਉੱਥੇ ਧਰਨੇ ਦੇ ਧਰਨੇ ਲਾਉਂਦੇ ਗਏ ਉਹ ਦੁਕਾਨਾਂ ਚੱਕੀਆਂ ਨਹੀਂ ਗਈਆਂ ਇਹ ਮਾਮਲਾ ਹਾਈ ਕੋਰਟ ਤੱਕ ਗਿਆ ਹਾਈ ਕੋਰਟ ਨੇ ਦੁਕਾਨਾਂ ਦੇ ਹੱਕ ਵਿੱਚ ਫੈਸਲਾ ਕੀਤਾ ਅੰਤ ਉਹ ਝਗੜੇ ਦੇ ਵਿਚਕਾਰ ਜਦੋਂ ਦੁਕਾਨਦਾਰ ਜਾਣ ਨੂੰ ਤਿਆਰ ਹੋਏ ਤਾਂ ਮੱਛੀ ਮਾਰਕੀਟ ਵਾਲੀ ਜਗ੍ਹਾ ਸੁਖਬੀਰ ਸਿੰਘ ਬਾਦਲ ਜੀ ਨੇ ਉਹ ਵੇਚ ਦਿੱਤੀ ਜਿਹੜੀ ਕਿ ਸਾਰਾ ਪੈਸਾ ਹੁਣ ਫੁਲਕੀਆਂ ਅਗਲੇ ਪਾਰਟ 2 ਬਣ ਗਿਆ ਉੱਥੇ ਉਹਦਾ ਉਦਘਾਟਨ ਹੋਏ ਬਗੈਰ ਉਹ ਜਗ੍ਹਾ ਵੇਚ ਦਿੱਤੀ ਮਾਰਕੀਟ ਸ਼ਿਫਟ ਨਹੀਂ ਹੋਣ ਦਿੱਤੀ ਗਈ 2 ਮਿੰਟ ਜੀ ਉਹ ਪ੍ਰਾਈਵੇਟ ਬੰਦੇ ਉਹ ਬਿਲਕੁਲ ਨਹੀਂ ਸਰਕਾਰੀ ਦਫ਼ਤਰ ਦੇ ਵਿਚਕਾਰ ਉਦਘਾਟਨ ਕੀਤਾ ਗਿਆ ਮੱਛੀ ਮਾਰਕੀਟ ਬਣਾਈ ਗਈ ਨਹੀਂ ਜਿਹੜੇ ਸਰਕਾਰੀ ਦਫ਼ਤਰ ਦੇ ਵਿੱਚ ਕਿਉਂ ਨਹੀਂ ਸ਼ਿਫਟ ਕੀਤੀ ਗਈ ਕੈਪਟਨ ਸਾਹਿਬ ਦੇ ਟਾਈਮ ਇਹ ਮਾਰਕੀਟ ਟਰੈਕਟਰ ਮਾਰਕੀਟ ਬਦਲ ਕੇ ਪਟਿਆਲੇ ਤੋਂ ਬਾਹਰ ਚਲੀ ਗਈ ਉਸ ਤੋਂ ਬਾਅਦ ਡੰਗਰਾਂ ਦੇ ਲਈ ਡੈਰੀਆਂ ਬਦਲ ਬਾਹਰ ਜਾਣੀਆਂ ਸੀ ਉਹ ਪੈਸਾ ਨਹੀਂ ਗਿਆ 100 ਕਰੋੜ ਰੁਪਈਆ ਪਾਣੀ ਦਾ ਦੱਸੀ ਜਿਹੜਾ ਬਠਿੰਡੇ ਭੇਜ ਦਿੱਤਾ ਗਿਆ ਸਾਰਾ ਇਹ ਕਿਉਂ ਨਹੀਂ ਹੋਇਆ ਸਰ ਜਵਾਬ ਸਰ ਠੀਕ ਹੈ ਸਰ ਠੀਕ ਹੈ ਸਰ ਪਲੀਜ਼ ਆਪਾਂ ਤੁਸੀਂ ਸਾਰੇ ਆਪਾਂ ਦੂਸ਼ਣ ਬਾਜ਼ੀ ਕਰੀਏ ਸਰ ਹਾਂਜੀ ਸਰ ਸਰ ਹਾਂਜੀ ਆਪਾਂ ਰੋਲਾ ਪਾ ਰਹੇ ਹਾਂ 10 ਸਾਲ ਦਾ ਰੋਲਾ ਪਾ ਰਹੇ ਹਾਂ ਡੈਰੀਆਂ ਨੂੰ ਸਰਕਾਰ ਤੁਹਾਡੀ ਨੇ 10 ਸਾਲ ਹੋ ਗਏ ਕਿਆ ਕਿਹਾ ਇਹ ਬਾਹਰ ਜਾਣਗੇ ਆਪਣੇ ਵਾਲ ਮਸਲਾ ਤੁਸੀਂ 8 ਮਹੀਨੇ ਦਾ ਪੈਸਾ ਇੱਕ ਬੰਦਾ ਕੋਠੀ ਬਾਜ਼ੋ ਵੀ ਮਸਲਾਲ ਕਰਦਾ ਫਿਰ ਉਹ ਕਿਹੜਾ ਮਸਲਾਲ ਹੋਇਆ ਦੱਸੋ ਠੀਕ ਜੀ ਮੈਂ ਜਵਾਬ ਲੈਣਾ ਸਰ ਬੈਠੋ ਸਰ ਬੈਠੋਗੇ ਜਵਾਬ ਲਵਾਂਗੇ ਸਰ 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 ਸਰ
ਠੀਕ ਹੈ ਠੀਕ ਹੈ ਗੁਰਪ੍ਰੀਤ ਜੀ ਸਰ ਜਵਾਬ ਲੈ ਲਈਏ ਜਵਾਬ ਲੈ ਲਈਏ ਠੀਕ ਸਰ ਸਰ ਮੈਂ ਜਵਾਬ ਲਵਾਂਗਾ ਸਰ ਆਪਾਂ ਬਿਲਕੁਲ ਹੀ ਡਿਵੈਲਪਮੈਂਟ ਦੇ ਇਸ਼ੂ ਤੋਂ ਪਰਾਂ ਹਟ ਗਏ ਹਾਂ ਮੈਨੂੰ ਸਮਝ ਨਹੀਂ ਆ ਰਹੀ ਵੀ ਕੀ ਲੋਕ ਚਾਹੁੰਦੇ ਕੀ ਸਰ ਆਪਾਂ ਨਾ ਕਰੋ ਨਾ ਹਰੇਕ ਪਾਰਟੀ ਦੂਸ਼ਣ ਕਰ ਰਹੀ ਹੈ ਏਜੰਡਾ ਨਹੀਂ ਦੱਸ ਰਹੀ ਵੀ ਇਸੇ ਤਰ੍ਹਾਂ ਚਲੇ ਜਾ ਰਹੇ ਬਲਵੀਰ ਜੀ ਦੇਖੋ ਪਟਿਆਲੇ ਦੇ ਵਿੱਚ ਪਟਿਆਲੇ ਦੇ ਵਿੱਚ ਸਫਾਈ ਦਾ ਬਹੁਤ ਮਾੜਾ ਹਾਲ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਗੁਰਪ੍ਰੀਤ ਜੀ ਪਟਿਆਲੇ ਦੇ ਵਿੱਚ ਇਸ ਵੇਲੇ ਸਮੇਂ ਦੀ ਲੋੜ ਹੈ ਕਿ ਪਟਿਆਲੇ ਦੇ ਵਿੱਚ ਜਿਹੜਾ ਸਫਾਈ ਦਾ ਬੰਦੋਬਸਤ ਹੈ ਉਹਨੂੰ ਚੁਸਤ ਦਰੁਸਤ ਕੀਤਾ ਜਾਵੇ ਜਿਹੜਾ ਸਫਾਈ ਸੇਵਕ ਹੈ ਉਹ ਸਾਰੇ ਸਫਾਈ ਸੇਵਕ ਠੇਕੇ ਤੇ ਹੈ ਇਹ ਕੈਪਟਨ ਸਾਹਿਬ ਦਾ ਵਾਅਦਾ ਸੀ ਮੈਂ ਉਮੀਦ ਕਰਦਾ ਕਿ ਉਹਨੂੰ ਪੂਰਾ ਕਰਨਗੇ ਕਿ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਏਗਾ ਇੱਕ ਤੇਜਵਾ ਕਲੋਨੀ ਰੰਗੇਸ਼ਾ ਕਲੋਨੀ ਜਿਹੜਾ ਵੱਡਾ ਰਾਈ ਮਾਜਰਾ ਛੋਟਾ ਰਾਈ ਮਾਜਰਾ ਉੱਥੇ ਬਹੁਤ ਵੱਡਾ ਡੰਪ ਹੈ ਜਿਹਦੇ ਵਿੱਚ 2500 ਕੁਇੰਟਲ ਰੋਜ਼ ਗੰਦ ਜਾਂਦਾ ਉਹਨੂੰ ਅੱਗ ਲਾਈ ਜਾਂਦੀ ਆ ਉਹਨੂੰ ਸ਼ਹਿਰ ਤੋਂ ਦੂਰ ਲਿਜਾਣ ਦੀ ਲੋੜ ਹੈ ਇੱਕ ਜਿਹੜਾ ਸ਼ਹਿਰ ਨੂੰ ਜਿਹੜਾ ਵੇਸਟ ਮੈਨੇਜਮੈਂਟ ਦੀ ਲੋੜ ਹੈ ਇੱਕ ਜਿਹੜਾ ਪਟਿਆਲੇ ਦੇ ਵਿੱਚ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਲੋੜ ਹੈ ਟ੍ਰੈਫਿਕ ਮੈਨੇਜਮੈਂਟ ਬਹੁਤ ਬੁਰੀ ਹੈ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਇਹਨਾਂ ਮੁੱਦਿਆਂ 'ਤੇ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਮੈਂ ਸਾਰਿਆਂ ਨੂੰ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਇੱਕ ਮੁੱਦਾ ਲੈ ਕੇ ਉਹਦੇ ਬਾਰੇ ਗੱਲ ਕਰੀਏ ਜਿਹੜੇ ਸਥਾਨਕ ਸਰਕਾਰ ਦੇ ਨਾਲ ਸੰਬੰਧਿਤ ਹੈ ਅਸੀਂ ਬਣਾਇਆ ਅਸੀਂ ਸਾਰੇ ਮੁੱਦਿਆਂ ਦੇ ਉੱਤੇ ਵੀ ਅਸੀਂ ਕਿਸ ਤਰ੍ਹਾਂ ਕਰਾਂਗੇ ਪੈਸੇ ਕਿੱਥੋਂ ਆਣਗੇ ਉਹਦਾ ਵਾਸਤੇ ਬਜਟ ਕਿੰਨਾ ਆਏਗਾ ਨੀਡ ਬੇਸਡ ਸਕੀਮਾਂ ਹੋਣਗੀਆਂ ਠੀਕ ਹੈ ਹਰਪਾਲ ਜੀ ਤੁਹਾਡੇ ਕੋਲ ਕੋਈ ਅਜਿਹਾ ਪਲਾਨ ਹੋਵੇ ਮੈਂ ਪੜ੍ਹੀ ਲਿਖੀ ਗੱਲ ਕਰ ਰਿਹਾ ਮੈਂ ਦੱਸ ਰਿਹਾ ਸੁਣੋ ਮੈਂ ਸੁਣ ਰਿਹਾ ਨਾ ਸਾਡੇ ਦਾ 60 ਕੰਟੈਸਟ ਮੈਂ ਸੁਣ ਰਿਹਾ ਸੁਣ ਲਓ ਨਾ ਅਸੀਂ ਵਿਰੋਧੀ ਧਿਰ ਹੈ ਪੰਜਾਬ ਦੇ ਵਿੱਚ ਇੱਦਾਂ ਵੀ ਨਾ ਕਰੋ ਤੁਸੀਂ ਥੋੜਾ ਜਿਹਾ ਇੱਜ਼ਤ ਮਾਰ ਕੇ ਜਾਂਦਾ ਅਸੀਂ ਵਿਰੋਧੀ ਧਿਰ ਹੈ ਪੰਜਾਬ ਦੇ ਮੁੱਦੇ ਜੁਲਝਿਆ ਹੋਇਆ ਵਿਰੋਧੀ ਧਿਰ ਦਾ ਨੇਤਾ ਸੁਖਵਾਰ ਖਹਿਰਾ ਆਪਣਾ ਨਸ਼ਿਆਂ ਦੇ ਮੁੱਦੇ ਜੁਲਝਿਆ ਹੋਇਆ ਵਿਰੋਧੀ ਧਿਰ ਦਾ ਨੇਤਾ ਇਹ ਬੜੀ ਸਾਫ਼ਤਰੀ ਰਾਜਨੀਤੀ ਕਰਨ ਆਏ ਸੀਗੇ ਇਹਨਾਂ ਦਾ ਵਿਰੋਧੀ ਧਿਰ ਦੇ ਨੇਤਾ ਤੇ ਜਦ ਇਲਜ਼ਾਮ ਲੱਗ ਗਏ ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਦੋਨਾਂ ਦੇ ਖਿਲਾਫ਼ ਸੀਵੇ ਇਨਕੁਆਇਰੀ ਕਰਾ ਲਓ ਯਾਰ ਗੱਲ ਕੀ ਹੈ ਮੁੱਦਾ ਚੱਕਿਆ ਸਫਾਈ ਦਾ ਡਾਕਟਰ ਸਾਹਿਬ ਨੇ ਆਈ ਖੜੇ ਕਾਹਨੂੰ ਲਈ ਹੈ ਉਹ ਤਾਂ ਕਹਿੰਦਾ ਕਰਾਓ ਤੁਸੀਂ ਲਈ ਹੈ ਸਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਸੀਵੀਆਈ ਇਨਕੁਆਇਰੀ ਨਹੀਂ ਹੋਣੀ ਚਾਹੀਦੀ ਅਸੀਂ ਪਹਿਲਾਂ ਹੀ ਕਹਿੰਦੇ ਹਾਂ ਸਰ ਡਾਕਟਰ ਸਾਹਿਬ ਨੇ ਮੁੱਦਾ ਚੁੱਕਿਆ ਸਫਾਈ ਦਾ ਸਰ ਇੱਕ ਮਿੰਟ ਸਰ ਸਰ ਤੁਹਾਡੀ ਆਵਾਜ਼ ਉਦਾਂ ਹੀ ਪਹੁੰਚੀ ਜਾ ਰਹੀ ਤੁਹਾਨੂੰ ਸਪੀਕਰ ਦੀ ਲੋੜ ਹੀ ਨਹੀਂ ਹੈਗੀ ਤੁਸੀਂ ਫਿਰ ਕਹਿੰਦੇ ਹੋ ਮੇਰੇ ਕੋਲ ਮਾਈਕ ਲੈ ਕੇ ਆਓ ਤੁਸੀਂ ਖੁਦ ਉਹ ਤੁਸੀਂ ਕੁਐਸਚਨ ਮੈਂ ਤੁਹਾਡ੾ ਕੋ ਆਉਣਾ ਤੁਸੀਂ ਆਪਣੇ ਜਵਾਬ ਉਹਨਾਂ ਤੋਂ 100 ਪੁੱਛ ਲੈਂਦੇ ਕੁਐਸਚਨ ਕੀ ਪੁੱਛਣਾ ਤੁਹਾਡੇ ਤੋਂ ਜੀ ਡਾਕਟਰ ਸਾਹਿਬ ਨੇ ਮੁੱਦਾ ਚੁੱਕਿਆ ਜੀ ਸਫਾਈ ਦਾ ਜੀ ਦੇਖੋ ਪਿਛਲੀ ਸਰਕਾਰ ਦੇ ਵਿੱਚ ਜੋ ਕੁਝ ਹੋਇਆ ਸਭ ਦੇ ਸਾਹਮਣੇ ਆ ਜੀ ਸਾਡਾ ਸਰਕਾਰ ਆ ਚੁੱਕੀ ਨਵਾਂ ਹਾਊਸ ਸਾਡਾ ਮਿਊਂਸੀਪਲ ਦਾ ਬਣਨ ਜਾ ਰਿਹਾ ਇਹ ਹਾਊਸ ਦੀ ਉਡੀਕ ਕਰ ਰਹੇ ਨੇ ਸਫਾਈ ਕਰ ਰਹੇ ਹਾਊਸ ਦੀ ਉਡੀਕ ਨਹੀਂ ਕਰ ਰਹੇ ਇਹ ਉਡੀਕ ਕਰ ਰਹੇ ਨੇ ਸਾਡੇ ਸਾਰੇ ਹੀ ਨੇ ਹੋ ਗਏ ਅੱਜ ਪਟਿਆਲੀ ਪਹਿਲਾਂ
ਇੱਕ ਇਹੋ ਜਿਹਾ ਬੰਦਾ ਮੰਤਰੀ ਬਣ ਗਿਆ ਨਵਜੋਤ ਸਿੰਘ ਸਿੱਧੂ ਜਿਹਨੂੰ ਪਾਣੀ ਕੰਮ ਕੀ ਲੱਗਿਆ ਨੇ ਜਿਹਨੂੰ ਅਨਿਲ ਜੋਸ਼ੀ ਉਹ ਜਾ ਅਨਿਲ ਜੋਸ਼ੀ ਕੈਪਟਨ ਅਮਰਿੰਦਰ ਸਿੰਘ ਪਾਣੀ ਖਾ ਗਿਆ ਚੁਟਕਲੇ ਸਾਰੇ ਲਗਾਏ ਆਪਣੇ ਹਲਕੇ ਠੀਕ ਹੈ ਠੀਕ ਹੈ ਠੀਕ ਹੈ ਸਰ ਹਰਪਾਲ ਜੀ ਪਲੀਜ਼ ਯੋਗੀ ਜੀ ਮੇਰਾ ਇੱਕ ਸਵਾਲ ਤੁਸੀਂ ਸਫਾਈ ਦੀ ਗੱਲ ਕਰ ਰਹੇ ਸੀ ਉਹ ਮੈਂ ਕਿਸੇ ਨਾਲ ਆ ਰਿਹਾ ਸੀਗਾ ਮੇਰੀ ਕਿਸੇ ਨਾਲ ਗੱਲਬਾਤ ਸੀ ਉਹਨਾਂ ਨੇ ਕਿਹਾ ਸਿੱਧੂ ਸਾਹਿਬ ਨੇ ਕੋਈ ਮਸ਼ੀਨਾਂ ਮੰਗਾਈਆਂ ਸੀ ਕਲਕੱਤੇ ਤੋਂ ਉਹ ਖਰਾਬ ਹੋ ਗਈਆਂ ਹਾਂਜੀ ਕੋਈ ਦੋ ਦਿਨ ਨਹੀਂ ਚੱਲੀ ਸਰ ਸਾਰਾ ਜਾਮ ਪਿਆ ਮਸ਼ੀਨਾਂ ਕਿਉਂ ਖਰਾਬ ਹੋਈਆਂ ਹੋ ਗਏ ਮਸ਼ੀਨਾਂ ਕਿਉਂ ਖਰਾਬ ਹੋਈਆਂ ਜੀ ਜੀ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਨਾਲੇ ਦੀ ਮੇਨਟੇਨੈਂਸ ਨਹੀਂ ਹੋਈ ਜੀ ਜੀ ਮੈਂ ਅੱਜ ਇਸ ਮੰਚ ਤੋਂ ਇੱਕ ਮਿੰਟ ਪਹਿਲਾਂ ਸਰ ਉਹਨਾਂ ਜਵਾਬ ਦੇ ਲੈਂਦੇ ਪਲੀਜ਼ ਮੈਂ ਅੱਜ ਇਸ ਮੰਚ ਤੋਂ ਇਹ ਗੱਲ ਸਾਰੇ ਵੀਰਾਂ ਨੂੰ ਦੱਸਣੀ ਚਾਹਾਂਗਾ ਪਟਿਆਲੇ ਸ਼ਹਿਰ ਦਾ ਸਭ ਤੋਂ ਸਿੱਖ ਵਾਰਡ ਹੈ ਜਿੱਥੋਂ ਮੈਂ ਇਲੈਕਸ਼ਨ ਲੜ ਰਿਹਾ ਜੀ ਧੋਬਗੜ੍ਹ ਦਾ ਨਾਲਾ ਉਹ ਇਲਾਕਾ ਮੈਂ ਖੁਦ ਮੰਗ ਕੇ ਦਿੱਤਾ ਕਿਹਨੇ ਬਣਾਇਆ ਸੀ ਉਹ ਨਾਲਾ ਕਿਹਨੇ ਕਵਰ ਕੀਤਾ ਸੀਗਾ ਤੁਹਾਨੂੰ ਬਣਾ ਕੇ ਦੇਤਾ ਸਭ ਰੋਟੀ ਤੁਸੀਂ ਇੱਕ ਤੁਹਾਨੂੰ ਬਣਾ ਕੇ ਦੇਤਾ ਸੰਭਾਲੀ ਇੱਕ ਨਾਲਾ ਪੂਰਾ ਦਾ ਪੂਰਾ ਇੱਕ ਨਾਲੇ ਦਾ ਪੂਰੇ ਦਾ ਪੂਰਾ ਲੈਣ ਦਾ ਬਣਾ ਕੇ ਸਫਾਈ ਨਹੀਂ ਕੁਝ ਨਾਲੇ ਦੀ ਸੰਭਾਲ ਤਾਂ ਕਰਨੀ ਕੋਈ ਕੁਝ ਨਹੀਂ ਉਹ ਨਾਲਾ ਵੀ ਇਹਨੇ ਬਣਾਇਆ ਸੀਗਾ ਟੈਕਨੀਕਲੀ ਸੰਭਾਲੀ ਨਹੀਂ ਕਰੋਗੇ ਟੈਕਨੀਕਲੀ ਗੱਲ ਇੱਕ ਮਿੰਟ ਸਰ ਇੱਕ ਮਿੰਟ ਡਾਕਟਰ ਸਾਹਿਬ ਨੇ ਸਵਾਲ ਕੀਤਾ ਸਫਾਈ ਦਾ ਜੀ ਜੀ ਅਕਾਲੀ ਭਾਜਪਾ ਦੀ ਸਰਕਾਰ ਰਹੀ ਚਾਹੇ ਆਮ ਆਦਮੀ ਪਾਰਟੀ ਵਾਲੇ ਆਪਣੇ ਆਪ ਨੂੰ ਕਹਿੰਦੇ ਅਸੀਂ ਪਾਵਰ ਜਾਵਾਂਗੇ ਉਹ ਅੱਜ ਦਾ ਨਹੀਂ ਵੜ ਰਿਹਾ ਇੱਕ ਮਿੰਟ ਅੱਜ ਦਾ ਨਹੀਂ ਵੜ ਰਿਹਾ ਪਿਛਲੇ 10 ਸਾਲਾਂ ਤੋਂ ਵੜ ਰਿਹਾ ਸਰ ਦੇਖੋ ਸਰ ਸਭ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਮਿੰਟ ਸਰ ਆਰਾਮ ਨਾਲ ਤੁਸੀਂ ਤੁਹਾਡੇ ਬਣਾਇਆ ਗਿਆ ਅੰਡਰਗਰਾਊਂਡ ਪਹਿਲਾਂ ਜੀ ਉਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਣ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰ ਠੀਕ ਹੈ ਸਰ ਦੇ ਉੱਪਰ ਉਹਨਾਂ ਨੇ ਠੀਕ ਹੈ ਸਰ ਜੀ ਉਹ ਬੋਲਣ ਤਾਂ ਦੇਣ ਗੁਰਪ੍ਰੀਤ ਜੀ ਜੀ ਗੁਰਪ੍ਰੀਤ ਜੀ ਠੀਕ ਹੈ ਡਾਕਟਰ ਸਾਹਿਬ ਨੇ ਸਵਾਲ ਕੀਤਾ ਸਫਾਈ ਦਾ ਉਹ ਤੁਸੀਂ ਫਿਰ ਉੱਠ ਕੇ ਤੁਸੀਂ ਚਾਰ ਵਾਰੀ ਤਾਂ ਬੋਲ ਚੁੱਕੇ ਹੋ ਫਿਰ ਉੱਠ ਕੇ ਤੁਸੀਂ ਫਿਰ ਕਹਿੰਦੇ ਹੋ ਕਿ ਮੈਨੂੰ ਕੁਐਸਚਨ ਦਾ ਮੌਕਾ ਨਹੀਂ ਮਿਲਦਾ ਮੈਂ ਤਾਂ ਸਮਝ ਨਹੀਂ ਆਉਂਦੀ ਤੁਸੀਂ ਕਿੱਦਾਂ ਬੋਲਣਾ ਚਾਹੁੰਦੇ ਹੋ ਸਰ ਬਿਨਾ ਮਾਈਕ ਤੋਂ ਤੁਸੀਂ ਚਾਰ ਵਾਰੀ ਬੋਲ ਚੁੱਕੇ ਹੋ ਸਰ ਚਲੋ ਠੀਕ ਹੈ ਤੁਸੀਂ ਇੱਕ ਮਿੰਟ ਹੋ ਗਿਆ ਜੀ ਸਰ ਪਲੀਜ਼ ਇੱਕ ਮਿੰਟ ਇਹਨਾਂ ਤੋਂ ਇੱਕ ਸਵਾਲ ਪੁੱਛ ਲੈਣ ਦੋ ਪਤਾ ਨਹੀਂ ਇਹਨਾਂ ਕਿਹੜੇ ਡਿਵੈਲਪਮੈਂਟ ਦਾ ਸਵਾਲ ਪੁੱਛਣਾ ਮੈਨੂੰ ਸਵਾਲ ਕਰਨਾ ਜੇ ਸਵਾਲ ਜੋਗੀ ਭਾਜੀ ਬਿਲਕੁਲ ਤਾਂ ਕਰਨਾ ਜੇ ਜਵਾਬ ਸੁਣਨਾ ਮੇਰੇ ਦੋ ਕੁਐਸਚਨ ਦਾ ਜਵਾਬ ਹੁੰਦਾ ਨਾ ਫਿਰ ਇਹਨਾਂ ਕੋਲ ਜਵਾਬ ਅੱਗੇ ਹੁੰਦਾ ਨਹੀਂ ਪਹਿਲੇ ਸਾਰੇ ਰੋਲਾ ਪਾਉਂਦੇ ਆ ਭਾਜੀ ਮੇਰੇ ਦੋ ਕੁਐਸਚਨ ਨੇ ਠੀਕ ਹੈ ਜੀ ਸ਼੍ਰੀਮਤੀ ਪ੍ਰਨੀਤ ਕੌਰ ਜੀ 5 ਸਾਲ ਸੈਂਟਰ ਦੇ ਵਿੱਚ ਡਾਕਟਰ ਸਾਹਿਬ ਦੀ ਗੱਲ ਮੰਨ ਲਈ ਹਾਂਜੀ ਮੈਂ ਮੰਨ ਲਈ ਅੱਛਾ ਠੀਕ ਹੈ ਜੀ ਮਹਾਰਾਣੀ ਸਾਹਿਬ ਵੀ ਤੇ ਸ਼੍ਰੀਮਤੀ ਪ੍ਰਨੀਤ ਕੌਰ ਜੀ 5 ਸਾਲ ਸੈਂਟਰ ਦੇ ਵਿੱਚ ਮਿਨਿਸਟਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਪੂਰਾ ਰੋਲਾ ਪਾਇਆ ਕਿ ਇੱਕ ਪਾਸਪੋਰਟ ਆਫਿਸ ਪਟਿਆਲੇ 'ਚ ਖੋਲ੍ਹਿਆ ਜਾਵੇ ਖੁੱਲ੍ਹ ਗਿਆ ਠੀਕ ਹੈ ਜੀ ਇੱਕ ਮਿੰਟ ਖੁੱਲ੍ਹ ਗਿਆ ਭਾਜੀ ਕੁਐਸਚਨ ਦਾ ਪੂਰਾ ਹੋ ਲੈਂਦਾ ਠੀਕ ਹੈ ਜੀ ਖੁੱਲ੍ਹ ਗਿਆ ਜੀ ਡਾਕਟਰ ਧਰਮਵੀਰ ਗਾਂਧੀ ਦੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਸ਼ਿਸ਼ ਦਾ ਸਦਕਾ ਪਟਿਆਲੇ ਦੇ ਵਿੱਚ ਪਾਸਪੋਰਟ ਆਫਿਸ ਖੁੱਲ੍ਹਿਆ ਤੇ ਤੁਹਾਡੀ ਸਰਕਾਰ ਉਸਦਾ ਉਦਘਾਟਨ ਕਰਨ ਆਈ 5 ਮਹੀਨੇ ਇਸ ਕਰਕੇ ਲੇਟ ਕਰਤਾ ਚਾਹੇ ਉਹਦਾ ਉਦਘਾਟਨ ਕਰਨ ਅਸੀਂ ਆਵਾਂ ਨੰਬਰ 1 ਕੁਐਸਚਨ ਠੀਕ ਹੈ ਜੀ ਨੰਬਰ 2 ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ ਯੋਗੀ ਭਾਜੀ
ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸੌ ਖਾਈ ਸੀ ਗੁਟਕਾ ਚੱਕ ਕੇ ਕਿ ਮੈਂ ਚਾਰ ਹਫ਼ਤਿਆਂ ਦਾ ਨਸ਼ਾ ਖਤਮ ਕਰ ਦਾਂਗਾ। ਸੈਕਿੰਡ, ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਅੱਜ ਗੁਟਕਾ ਚੱਕ ਕੇ ਇਹ ਸੌ ਖਾ ਸਕਦੇ ਹੋ ਕਿ ਜਿਸ ਵਾਰਡ ਦੇ ਵਿੱਚੋਂ ਤੁਸੀਂ ਅੱਜ ਇਲੈਕਸ਼ਨ ਲੜ ਰਹੇ ਹੋ ਉਸ ਵਾਰਡ ਦੇ ਵਿੱਚ ਨਸ਼ਾ ਨਹੀਂ ਵਿਕਦਾ। ਇਹਨੂੰ ਮੈਨੂੰ ਦੋ ਸਵਾਲਾਂ ਦਾ ਜਵਾਬ ਦੇ ਦਿਓ ਜੀ। ਠੀਕ ਹੈ ਸਰ, ਪਲੀਜ਼ ਉਹਨਾਂ ਦਾ ਜਵਾਬ ਵੀ ਲੈ ਲਈਏ। ਮੈਂ ਪਰਮਾਤਮਾ ਨੂੰ ਸਾਕਸ਼ਾਤ ਜਾਣ ਕੇ ਗੱਲ ਕਹਿੰਦਾ, ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤਿੰਨ ਬੰਦੇ ਉੱਥੇ ਨਸ਼ੇ ਦਾ ਕੰਮ ਕਰਦੇ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਬੰਦਾ ਵੀ ਇਸ ਟਾਈਮ ਕੰਮ ਨਹੀਂ ਕਰ ਰਿਹਾ। ਪਰਮਾਤਮਾ ਨੂੰ ਸਾਕਸ਼ਾਤ ਜਾਣ ਕੇ ਕਹਿੰਦਾ, ਜੇ ਤੁਹਾਨੂੰ ਕੋਈ ਦਿਖਦਾ ਮੇਰਾ ਵਾਰਡ ਨਹੀਂ, ਮੇਰਾ ਪਟਿਆਲਾ ਨਹੀਂ, ਮੇਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕੋਈ ਬੰਦਾ ਨਸ਼ਾ ਵੇਚ ਰਿਹਾ, ਇੱਕ ਮਿੰਟ 'ਚ ਬੰਦਾ ਫੜਾਉਣਾ। ਜਿਸ ਤਰ੍ਹਾਂ ਪਟਿਆਲੇ ਵਿੱਚ STDPCA ਖੁੱਲੇ ਹੋਏ ਸੀਗੇ, ਅੱਜ ਇਸ ਤਰ੍ਹਾਂ ਨਸ਼ੇ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ। ਤੁਸੀਂ ਮੇਰੇ ਨਾਲ ਚੱਲੋ ਡਿਬੇਟ ਤੋਂ ਬਾਅਦ ਤੁਹਾਨੂੰ ਮੈਂ ਦਿਖਾਊਂਗਾ। ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਮੈਂ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਠੀਕ ਹੈ ਸਰ, ਪਲੀਜ਼ ਪਾਸਪੋਰਟ ਵਾਲਾ ਵੀ ਦੱਸ ਜੀ ਸਰ, ਉਹਨਾਂ ਨੂੰ ਜਵਾਬ ਤਾਂ ਦੇਣ ਦਿਓ। ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਕਰ ਰਹੇ ਹਾਂ, ਵੀ ਪੁੱਛ ਲਈ ਪਾਸਪੋਰਟ, ਅਸੀਂ ਤੁਹਾਡੇ ਪਠਾਨਕੋਟ ਸ਼ੁਕਰਨਾ ਕਰਾਂਗੇ। ਪਾਸਪੋਰਟ ਇਹ ਬਹੁਤ ਸੀਰੀਅਸ ਗੱਲ ਹੈ ਜੀ, ਉਹਦਾ ਵੀ ਜਵਾਬ ਦੇਣਾ। ਪਾਸਪੋਰਟ ਅਸੀਂ ਤੁਹਾਡਾ ਪਠਾਨਕੋਟ ਸ਼ੁਕਰਾਨਾ ਕਰਾਂਗੇ। ਮੈਂ ਸਰ ਪਬਲਿਕ ਸਾਰੇ ਪੰਜਾਬ ਵਾਸੀਆਂ ਨੂੰ ਮੈਸੇਜ ਦੇਣਾ ਸਰ, ਸਰ 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 ਜਿੱਥੇ ਪਬਲਿਕ ਕਿਸੇ ਨੂੰ ਪਤਾ ਸਰ, ਠੀਕ ਹੈ ਜਿੱਥੇ ਵੀ ਜਿਸ ਕਿਸੇ ਨੂੰ ਪਤਾ ਵੀ ਕੋਈ ਬੰਦਾ ਬੈਠ ਕੇ ਨਸ਼ਾ ਵੇਚ ਰਿਹਾ, ਠੀਕ ਗੁਰਪ੍ਰੀਤ ਜੀ, ਗੁਰਪ੍ਰੀਤ ਜੀ ਸਪੈਸ਼ਲ ਟਾਸਕ ਫੋਰਸ ਦਾ ਨੰਬਰ ਗੁਰਪ੍ਰੀਤ ਜੀ, ਜੀ ਜੀ ਸਾਰੇ ਬੰਦਿਆਂ ਦੇ ਕੋਲ ਥਾਂ ਥਾਂ ਦੇ ਉੱਪਰ ਲੱਗਿਆ ਹੋਇਆ। ਗੁਰਪ੍ਰੀਤ ਜੀ ਇਨਫੋਰਮ ਕਰੋ ਗੁਰਪ੍ਰੀਤ ਜੀ, ਬੰਦਾ ਘੰਟਿਆਂ ਦੀ ਮਿੰਟਾਂ ਦੇ ਵਿੱਚ ਬੰਦਾ ਅਰੈਸਟ ਹੋਏਗਾ। ਠੀਕ ਹੈ ਸਰ, ਠੀਕ ਹੈ, ਗੁਰਪ੍ਰੀਤ ਗੱਲ ਕੀਤੀ ਮੇਰੇ ਛੋਟੇ ਵੀਰ ਨੇ, ਗੁਰਪ੍ਰੀਤ ਜੀ ਪਾਸਪੋਰਟ ਦਫ਼ਤਰ ਦੀ ਗੱਲ ਕੀਤੀ, ਉਸ ਦਾ ਜਵਾਬ ਦਿੱਤਾ ਦੀ ਗੱਲ ਕੀਤੀ। ਪਾਸਪੋਰਟ ਦਫ਼ਤਰ ਉਦੋਂ ਮਹਾਰਾਣੀ ਸਾਹਿਬ ਸੈਂਟਰ ਦੇ ਵਿੱਚ ਵਜ਼ੀਰ ਜ਼ਰੂਰ ਸੀ, ਲੇਕਿਨ ਜਿਹੜੀ ਥਾਂ ਹੈ ਉਹ ਪੰਜਾਬ ਸਰਕਾਰ ਨੇ ਅੱਗੇ ਜਗ੍ਹਾ ਨਾਲ ਮੁਹੱਈਆ ਕਰਾਉਣੀ ਹੁੰਦੀ ਹੈ। ਆਪਣੇ ਭਰਾਵਾਂ ਨੂੰ ਮੈਂ ਗੱਲ ਦੱਸਦਾ, ਜਦੋਂ ਕੋਈ ਵੀ ਪਲੈਨਿੰਗ ਆਉਂਦੀ ਹੈ, ਜਦੋਂ ਕੋਈ ਵੀ ਉਦਘਾਟਨ ਦੱਸ ਦਿਓ ਕਿਹੜੀ ਤਰੀਕ ਨੂੰ ਹੋਇਆ ਕੈਪਟਨ ਦਾ ਉਦਘਾਟਨ, ਕਿਸ ਦਿਨ ਕਰਕੇ ਗਏ ਦੱਸ ਦਿਓ। ਨਾ ਮੇਰਾ ਲੈਵਲ ਹੈ ਪਾਸਪੋਰਟ ਆਫਿਸ ਬਣੇ ਨੂੰ, ਨਾ ਮੇਰਾ ਲੈਵਲ ਹੈ ਕੈਪਟਨ ਅਮਰਿੰਦਰ ਸਿੰਘ ਦਾ ਟਾਈਮ ਨਹੀਂ ਸੀਗਾ ਉਦਘਾਟਨ ਕਰਨ ਨੂੰ, ਨਾ ਮੈਂ ਛੋਟੀਆਂ ਛੋਟੀਆਂ ਮੈਸੇਜ ਬਣਾ, ਟਾਈਮ ਨਹੀਂ ਸੀਗਾ ਉਦਘਾਟਨ ਹੋ ਗਿਆ, ਲੋਕਾਂ ਨੂੰ ਸੇਵਾਣੀ ਮਿਲੀ, ਡਾਕਟਰ ਗਾਂਧੀ ਜੀ ਨੇ ਬਣਾਇਆ, ਅਸੀਂ ਤੁਹਾਡੇ ਕੋਲ ਆਏ ਆ, ਪਾਰਟੀ ਦੇ ਡਾਕਟਰ ਗਾਂਧੀ ਜੀ ਨੇ, ਉਹ ਪਾਸਪੋਰਟ ਪਾਸ ਕਰਾ ਕੇ ਲਿਆਏ ਨੇ, ਠੀਕ ਹੈ ਮੰਨਦੇ ਇਸ ਗੱਲ ਨੂੰ, ਤੁਹਾਡੇ ਜਿਹੜੇ ਸੁਪਨੇ ਵੀ ਸੀ ਉਹ ਵੀ ਤੁਹਾਨੂੰ ਸੁਪਨੇ ਦਿਖਾਵਾਂਗੇ। ਠੀਕ ਹੈ ਸਰ, ਠੀਕ ਹੈ, ਇੱਕ ਮਿੰਟ ਸਰ, ਇੱਕ ਸਰਕਾਰ ਸਾਡੀ ਹੈ, ਸਾਡੇ ਕੋਲ ਐਸੇ ਪਲਾਨ ਹੈਗੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਦੀਆਂ ਹੈਗੇ, ਅੱਜ ਵੀ ਯਾਦ ਕਰਦੀਆਂ ਹੈਗੇ, 8 ਮਹੀਨੇ ਹੋ ਗਏ ਸਰਕਾਰ ਨੂੰ, 8 ਮਹੀਨੇ ਹੋ ਗਏ, 8 ਮਹੀਨੇ, ਤੁਸੀਂ 10 ਸਾਲਾਂ 'ਚ ਕੋਈ ਨਹੀਂ ਕਰ ਸਕੇ। ਠੀਕ ਹੈ ਸਰ, ਸਰ 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 ਡਿਵੈਲਪਮੈਂਟ ਦਾ ਇਸ਼ੂ ਡਰੈਗ ਹੋ ਜਾਂਦਾ ਹੈ। ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ ਦਰਸ਼ਕ ਵੀ ਇੱਕ ਤਰ੍ਹਾਂ ਨਾਲ ਇੱਕ ਪਾਸੜ ਸਵਾਲ ਹੀ ਪੁੱਛੀ ਜਾ ਰਹੇ ਨੇ, ਫਿਰ ਕਹਿੰਦੇ ਨੇ ਕਿ ਡਿਵੈਲਪਮੈਂਟ ਦੀ ਗੱਲ ਨਹੀਂ ਹੋ ਰਹੀ ਸਰ, ਸਰ ਕੁਝ ਪੁੱਛਾ ਜੀ ਜੀ ਹਾਂਜੀ, ਮੈਂ ਅਟੈਕ ਕਰਨਾ ਸਰਕਾਰ ਤੇ, ਮੁੱਦਾ ਕੋਈ ਹੈ ਨਹੀਂ, ਗੁਰਦਾਸਪੁਰ ਇਲੈਕਸ਼ਨ 'ਚ ਦੇਖ ਲਿਆ, ਪੰਜਾਬ ਵਿਧਾਨ ਸਭਾ ਦੀ, ਯੋਗੀ ਜੀ ਇੱਕ ਮਿੰਟ ਸਰ, ਇਹਨਾਂ ਦੀ ਵੀ ਸੁਣ ਲਈਏ ਸਰ, ਦੇਖੋ ਕੋਈ ਧੱਕਾ ਨਹੀਂ ਕਰਦੇ, ਕੋਈ ਧੱਕਾ ਨਹੀਂ ਕਰਦੇ ਸਰ, ਡੈਮੋਕ੍ਰੈਟਿਕ ਵੇ ਸਰ, ਸਰ ਜੀ ਪਲੀਜ਼ ਸਰ, ਪਲੀਜ਼ ਜਨੇਜਾ ਜੀ ਸਰ, ਸਰ ਤੁਸੀਂ ਬੋਲਦੇ ਰਹੋਗੇ ਇੱਦਾਂ ਸਰ, ਉਹਨਾਂ ਦੀ ਗੱਲ ਵੀ ਸੁਣ ਲਓ ਸਰ, ਦੇਖੋ ਗੱਲ ਇਹ ਹੈ, ਜਿਹੜੇ ਵਰਕਰ ਤੁਹਾਡੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਡਾਂਗਾ ਖਾਂਦੇ ਰਹੇ, ਜਿਹੜੀਆਂ ਵਰਕਰ ਮਹਾਰਾਣੀ ਪ੍ਰਨੀਤ ਕੌਰ ਦਾ ਝੰਡਾ ਚੱਕਦੇ ਰਹੇ, ਯੂਥ ਦਾ ਪ੍ਰਧਾਨ ਅਮਰਿੰਦਰ ਸਿੰਘ ਦਾ ਝੰਡਾ ਚੱਕਦੇ ਰਹੇ, ਯੂਥ ਦਾ ਪ੍ਰਧਾਨ, ਠੀਕ ਹੈ ਸਰ, ਸਰ ਸਰ ਮੋਤੀ ਚਲੰਦਰ ਹੁਣ ਪਟਿਆਲੇ ਵਿੱਚ ਨਵਾਂ ਪਟਿਆਲਾ ਦਿਖਾ, ਮੈਂ ਸਵਾਲ ਕਰਨਾ ਚਾਹੁੰਦਾ, ਐਮਸੀ ਕਰਦੇ ਸਾਰੇ ਸੁਣਨਾ, ਐਮਸੀ
ਕਾਂਗਰਸ ਸਰਕਾਰ ਦਾ ਨੁਮਾਇੰਦਾ ਸੀ ਮੇਰਾ ਇੱਕ ਸਵਾਲ ਹੈ, ਆਪਾਂ ਇੱਥੇ ਜਿਵੇਂ ਅਸੈਂਬਲੀ ਦੇ ਵਿੱਚ ਲੜਾਈ ਹੁੰਦੀ ਹੈ ਨਾ, ਆਪਾਂ ਉਹ ਕੰਮ ਨਾ ਕਰੀਏ, ਸ਼ਹਿਰ ਦੀ ਡਿਵੈਲਪਮੈਂਟ ਬਾਰੇ ਸੋਚੀਏ। ਮੈਂ ਇੱਕ ਮਿੰਟ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਵਿੱਚ ਕੋਈ ਗੱਲ ਨਹੀਂ ਹੈ ਕਿ ਇੰਟਰਨਲ ਸ਼ਹਿਰ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ। ਅੱਜ ਮੈਂ ਉਹ ਗਲੀਆਂ ਅੱਜ ਵੀ ਦਿਖਾ ਸਕਦਾ ਜੋ ਜੋੜੀਆਂ ਮੱਲਾ ਐਮ ਸੀਆਂ ਦੇ ਇਲਾਕੇ ਚ ਤਾਂ ਚਾਰ ਚਾਰ ਵਾਰੀ ਸੜਕਾਂ ਬਣ ਗਈਆਂ, ਪਰ ਇੰਟਰਨਲ ਸ਼ਹਿਰ ਦੇ ਵਿੱਚ ਡੇਢ ਡੇਢ ਫੁੱਟ ਟੋਏ ਅੱਜ ਵੀ ਪਏ ਹੋਏ ਆ। ਅੱਜ ਵੀ ਮੈਂ ਦਿਖਾ ਸਕਦਾ ਤੁਹਾਨੂੰ ਨਾਲ ਜਾ ਕੇ ਵੀ ਕਿਵੇਂ ਟੋਏ ਪਏ ਹੈ। ਉਹ ਪਿਛਲੇ 10 ਸਾਲਾਂ ਤੋਂ ਉਸੇ ਤਰ੍ਹਾਂ ਹੀ ਹੈ। ਆਹ ਭਾਈ ਸਾਹਿਬ ਬੈਠੇ ਆ ਨਾ ਸਾਹਮਣੇ, ਇਹਨਾਂ ਨੂੰ ਇਹ ਗੱਲ ਪਤਾ। ਇਹ ਵੀ ਮੇਰੇ ਵਾਰਡ 'ਚ ਆਏ ਸੀ ਉੱਥੇ ਖਾਲਸਾ ਮਹੱਲੇ, ਹਾਂ ਇਹਨਾਂ ਨੂੰ ਪਤਾ ਵੀ ਇੰਨੇ ਇੰਨੇ ਟੋਏ ਪਏ ਹੋਏ ਹਨ। ਅਤੇ ਇਹਨਾਂ ਨੇ ਉੱਥੇ ਆ ਕੇ ਕਿਹਾ ਸੀ ਵੀ ਅਸੀਂ ਠੀਕ ਕਰਾਵਾਂਗੇ, ਪਰ ਅੱਜ ਤੱਕ ਕੋਈ ਹਾਲ ਹੈ, ਅੱਜ ਵੀ ਜਾ ਕੇ ਦੇਖ ਸਕਦੇ। ਠੀਕ ਹੈ ਸਰ। ਗੁਰਬੀਰ ਜੀ ਸਰ, ਠੀਕ ਹੈ ਸਰ, ਡਿਵੈਲਪਮੈਂਟ ਦੀ ਗੱਲ ਸਰ, ਇੱਕ ਮਿੰਟ ਸਰ, ਇਹ ਭਾਈ ਸਾਹਿਬ ਬਹੁਤ ਦੇਰ ਤੋਂ ਪੁੱਛਣਾ ਚਾਹ ਰਹੇ ਨੇ। ਦੇਖੋ ਜੀ, ਨਸ਼ੇ ਦੀ ਗੱਲ ਸਾਰੇ ਕਰਦੇ ਨੇ, ਹਰਸਿਮਰਤ ਕੌਰ ਬਾਦਲ ਨੰਨੀ ਛਾਂ ਦੀ ਗੱਲ ਕਰਦੀ ਹੈ, ਇਹਨਾਂ ਦੀ ਇਸਤਰੀ ਅਕਾਲੀ ਦਲ ਦੀ ਜੋ ਪ੍ਰਧਾਨ ਹੈ ਬੀਬੀ ਜ਼ਖੀਰ ਕੌਰ, ਉਹਨੇ ਆਪਣੀ ਕੁੜੀ ਆਪ ਮਾਰੀ ਤੇ ਉਹਨੂੰ ਕੋਰਟ 'ਚ ਸਜ਼ਾ ਵੀ ਹੋਈ ਪਈ ਹੈ। ਇਹਦਾ ਜਵਾਬ ਕੋਰਟ ਨੇ ਦਿੱਤਾ। ਸਰ ਇੱਕ ਮਿੰਟ ਸਰ ਇਸ ਤਰ੍ਹਾਂ ਨਹੀਂ ਸਰ, ਇੱਕ ਮਿੰਟ ਸਰ ਆਪਾਂ ਡਿਵੈਲਪਮੈਂਟ ਦੀ ਗੱਲ ਫਿਰ ਨਹੀਂ ਹੋ ਰਹੀ, ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਕਿਹੜੇ ਸਵਾਲ ਪੁੱਛਦੇ ਪਏ। ਤੁਹਾਡੇ ਇਲਾਕੇ ਦੀ ਡਿਵੈਲਪਮੈਂਟ ਕਦੋਂ ਹੋਏਗੀ? ਠੀਕ, ਨਸ਼ੇ ਦੀ ਡਿਵੈਲਪਮੈਂਟ ਹੋਣੀ ਹੈ, ਨਸ਼ੇ ਦੀ ਡਿਵੈਲਪਮੈਂਟ ਹੋਣੀ ਹੈ। ਠੀਕ ਹੈ ਸਰ। ਸਰ ਇਹਨਾਂ ਦੇ ਸਵਾਲ ਦਾ ਜਵਾਬ ਦੇ ਦਈਏ, ਤੁਹਾਡੇ ਤੋਂ ਵੀ ਹੈ। ਉਹ ਕਹਿ ਰਹੇ ਨੇ ਕਿ 10 ਸਾਲ ਤੋਂ ਵੀ ਉਹਨਾਂ ਦੀ ਸੜਕਾਂ ਦੀ ਹਾਲਤ ਨਹੀਂ ਸੁਧਰੀ। ਇਹ ਵੀ ਜਨਾਬ ਉਹਨਾਂ ਦੇ ਵਾਰਡ ਵਿੱਚ ਗਏ ਸੀ, ਇਹਨਾਂ ਨੇ ਵਾਅਦਾ ਤਾਂ ਕੀਤਾ ਸੀ ਪਰ ਪੂਰਾ ਨਹੀਂ ਕਰ ਸਕੇ। ਅੱਜ ਤੁਸੀਂ ਇੱਥੇ ਆਏ ਹੋ, 17 ਇੱਕ ਮਿੰਟ ਯੋਗੀ ਜੀ ਪਲੀਜ਼ ਸਰ ਪਲੀਜ਼ 17 ਤਰੀਕ ਤਾਂ ਤੁਸੀਂ ਮੈਨੂੰ ਲੱਗਦਾ ਇਲੈਕਸ਼ਨ 'ਚ ਇੱਥੇ ਹੋ ਜੀ। ਜੇ ਇਹ ਗੱਲ ਅਸੀਂ ਡਿਵੈਲਪਮੈਂਟ ਵਾਲੀ ਇਹ ਕਹਿੰਦੇ ਨਹੀਂ ਕੀਤੀ ਤੇ ਪਲੈਨਿੰਗ ਵੀ ਕੀਤੀ ਹੋਈ ਹੈ, ਲੋਕਾਂ ਨੂੰ ਇਹਨਾਂ 'ਤੇ ਵਿਸ਼ਵਾਸ ਵੀ ਹੈ, 52,000 ਵੋਟਾਂ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਪਟਿਆਲਾ ਸ਼ਹਿਰ ਵਾਸੀਆਂ ਨੇ ਜਿਤਾ ਕੇ ਭੇਜਿਆ ਹੋਇਆ, ਕਿਉਂ ਪਰਚੇ ਰੱਦ ਕਰਾ ਰਹੇ ਨੇ? ਕਿਉਂ ਪਰਚੇ ਰੱਦ ਕਰਨੇ? ਅਸੀਂ ਕਿਉਂ ਪੁੱਛ ਕਰ ਕੱਲੇ ਕੈਂਡੀਡੇਟ ਦੀ ਗੱਲ ਲੈ ਲਓ ਜਾ ਕੇ। ਠੀਕ ਹੈ ਸਰ, ਸਾਡੇ ਕੈਂਡੀਡੇਟ ਨੂੰ ਨਹੀਂ ਸੋ ਰਹੇ। ਤੁਸੀਂ ਜਾਓ ਜੀ, ਤੁਸੀਂ ਇੱਕ ਗੱਲ ਕਿਹਾ, ਤੁਹਾਡੇ ਕੋਲ ਬਾਏ ਪ੍ਰੂਫ ਹੈ, ਤੁਸੀਂ ਪ੍ਰੂਫ ਪੇਸ਼ ਕਰੋ। ਰਾਤ ਨੂੰ ਘਰ ਨਹੀਂ ਸੋ ਰਹੇ, ਤੂੰ ਆ ਪੁੱਛੇਗੀ ਕੈਂਡੀਡੇਟ ਨੂੰ ਪੇਸ਼ ਕਰੋ, ਪ੍ਰੂਫ ਹੈ। ਠੀਕ ਹੈ ਸਰ, ਪ੍ਰੂਫ ਹੈ, ਰਿਕਾਰਡਿੰਗ ਹੈ, ਪ੍ਰੂਫ ਹੈ, ਪ੍ਰੂਫ ਹੈ ਸਰ। ਇੱਕ ਸਰ, ਜੇ ਪ੍ਰੈਸ ਪ੍ਰੂਫ ਮੰਗੋ ਸਰ, ਰਿਕਾਰਡਿੰਗ ਉਸ ਪਿੱਛੇ ਲੱਗੀ ਹੋਈ ਹੈ। ਜੇ ਤੁਹਾਡੇ ਕੋਲ ਸਬੂਤ ਹੈ, ਕੈਂਡੀਡੇਟ ਘਰ ਨਹੀਂ ਸੋ ਰਹੇ, ਪੇਸ਼ ਕਰੋ। ਤੁਹਾਡੇ ਕੋਲ ਪੁਲਿਸ ਦੇ ਸਬੂਤ ਨੇ ਰਿਕਾਰਡ ਕਰੇ, ਉਹ ਘਰ ਨਹੀਂ ਸੋ ਰਹੇ ਕੈਂਡੀਡੇਟ ਸਰ। ਸਾਡੇ ਕੈਂਡੀਡੇਟ ਜਿਹੜੇ ਇਲੈਕਸ਼ਨ ਲੜ ਰਹੇ ਨੇ, ਤੁਸੀਂ ਇੰਟਰਵਿਊ ਲਓ ਸਾਡੇ ਕੈਂਡੀਡੇਟ ਗੁਰਪ੍ਰੀਤ ਜੀ, ਉਹ ਰਾਤ ਨੂੰ ਘਰੇ ਹੀ ਨਹੀਂ ਸੌਂਦੇ ਪੁਲਿਸ ਗੁਰਪ੍ਰੀਤ ਜੀ। ਸਰ
ਜਿਹੜੇ ਇਲਜ਼ਾਮ ਤੁਸੀਂ ਹੁਣ ਕਾਂਗਰਸ ਤੇ ਲਗਾ ਰਹੇ ਹੋ, ਉਹ ਜਦੋਂ ਕਾਂਗਰਸ ਓਪੋਜੀਸ਼ਨ ਸੀ ਉਹੀ ਇਲਜ਼ਾਮ ਤੁਹਾਡੇ ਤੇ ਲਗਾਉਂਦੇ ਸੀ ਕਿ ਤੁਸੀਂ ਧੱਕੇਸ਼ਾਹੀ ਕਰਦੇ ਹੋ। ਧੱਕੇਸ਼ਾਹੀ ਕਰਦਾ ਕੌਣ ਹੈ ਦੱਸੋ ਮੈਨੂੰ? 10 ਸਾਲਾਂ ਦਾ ਰਿਕਾਰਡ ਚੱਲਣ ਦੀ ਬੈਠਾ, 10 ਸਾਲਾਂ ਦਾ ਰਿਕਾਰਡ ਚੱਲਣ ਨਾਲ ਕੀ ਕੁਝ ਵੀ ਪਰਚਾ ਕੱਢ ਲੋ ਜੇ ਜਿਹੜਾ ਪਰਚਾ ਰਿਜੈਕਟ ਹੋਇਆ ਹੋਵੇ। ਹਲਾ ਕਰੋ ਪਰਚਾ ਰਿਜੈਕਟ ਹੋਇਆ ਹੋਵੇ। ਠੀਕ ਠੀਕ ਪਰਚਾ ਰਿਜੈਕਟ ਹੋਇਆ ਹੋਵੇ। ਠੀਕ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਕੱਲ ਅਸੀਂ ਮਿਲਾਂਗੇ ਜਲੰਧਰ ਦੇ ਵਿੱਚ ਸ਼ਹਿਰ ਦੀ ਸਰਕਾਰ ਲੈ ਕੇ। ਮੈਨੂੰ ਦੇ ਇਜਾਜ਼ਤ, ਧੰਨਵਾਦ।